जग का चार। इस दास नूं ते इह पता लग गया कि जिथे जिथे वेखदा प्रभु ही है सारा कुछ ही, उस सच दे विच है, भावे कोई जुड़िया है, भावे कोई टुटिया है, भावे कोई निंदक है, भावे कोई उस्तत करन वाला है, उन्हूं सब प्रभु दे रंग दिसदे, उहदे मन ते असर नहीं पैंदा। पर गुरु साहब कहिंदे एक ओ है अपने मन दे पिछे तुर के जिहड़ी जिंदगी नूं बर्बाद करदा है ना, उहदे मन अंदर भी झगड़ा हुंदा है ते बाहर भी ओ झगड़ा ही पैदा करदा है, दूसरियां नूं भी भड़काउंदा रहिंदा है। गुरु साहब कहिंदे बिन बूझे झगड़त जग काचा, एक कच्चा जग है, मन दा जिहड़ा कच्चा है, इहनूं कहिंदे मन दा कच्चा होना, विकारां तों जित नहीं सकिया जिहड़ा मन डोल जांदा है ਉਹ ਹਮੇਸ਼ਾ ਝਗੜਦਾ ਹੀ ਰਹਿੰਦਾ ਹੈ ਜੀ। ਗੁਰ ਸਮਝਾਵੈ ਸੋ ਜੀਵੈ, ਗੁਰਮੁਖ ਵਿਰਲਾ ਬੂਝੈ ਕੋਈ। ਹਾਂਜੀ, ਇੱਥੇ ਗੁਰ ਹੈ ਸ਼ਬਦ। ਜਦ ਸਬਜ ਸ਼ਬਦ ਦੀ ਵਿਚਾਰ ਕਰਕੇ ਸੋਝੀ ਪੈਂਦੀ ਹੈ ਨਾ, ਸਮਝ ਆ ਜਾਂਦੀ ਹੈ ਸ਼ਬਦ ਭਾਈ ਇਵੇਂ ਆਪਣੇ ਮਨ ਨੂੰ ਤਰਾਸ਼ਦਾ ਹੈ। ਕਹਿੰਦੇ ਉਸ ਵੇਲੇ ਕੋਈ ਵਿਰਲਾ ਹੀ ਇਸ ਸ਼ਬਦ ਦੀ ਸੱਟ ਨੂੰ ਜਰ ਸਕਦਾ, ਨਹੀਂ ਜਰਿਆ ਜਾਂਦਾ, ਇਹ ਸ਼ਬਦ ਦੀ ਸੱਟ ਨਹੀਂ ਜਰੀ ਜਾਂਦੀ। ਸੱਚਾਈ ਇਹ ਹੈ, ਸ਼ਬਦ ਉਸ ਥਾਂ ਤੇ ਕਟਾਕਸ਼ ਕਰਦੀ ਹੈ ਜਿਸ ਥਾਂ ਤੇ ਇਹ ਮਨ ਓਲਾ ਹੁੰਦਾ ਹੈ, ਜਿਹਨੂੰ ਅੱਲਾ ਕਹਿੰਦੇ ਆ। ਅੱਲਾ ਜ਼ਖਮ ਸਮਝਦੇ ਹਾਂ ਆਪਾਂ, ਜਿਹੜਾ ਜ਼ਖਮ ਹਰਾ ਹੁੰਦਾ ਹੈ, ਉਸ ਜ਼ਖਮ ਦੇ ਉੱਤੇ ਜੇ ਸੱਟ ਵੱਜੇ ਤੇ ਉਹ ਜ਼ਖਮ ਹੋਰ ਡੂੰਘਾ ਹੋ ਜਾਂਦਾ ਹੈ। ਅਸਲ ਦੇ ਵਿੱਚ ਸ਼ਬਦ ਇਹੋ ਜਿਹੀ ਸੱਟ ਕਰਦਾ ਹੈ ਜਿੱਥੇ ਮਨ ਕੱਚਾ ਹੁੰਦਾ ਨਾ ਸਾਡਾ, ਉਸ ਕੱਚੇ ਮਨ ਦੇ ਉੱਤੇ ਇਹ ਕਟਾਕਸ਼ ਕਰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਹਰ ਕੋਈ ਇਸ ਸ਼ਬਦ ਦੀ ਸੱਟ ਨਹੀਂ ਜਰ ਸਕਦਾ। ਇਹ ਗੁਰੂ ਤੋਂ ਅਰਦਾਸ ਕਰਕੇ ਮੰਗੀਏ ਕਿ ਸਤਿਗੁਰੂ ਜੀ ਤੁਹਾਡੇ ਸ਼ਬਦ ਦੀ ਚੋਟ, ਤੁਹਾਡੇ ਹੁਕਮ ਦੀ ਸੱਟ ਨੂੰ ਇਹ ਮਨ ਜਰ ਸਕੇ। ਤਾਂ ਹੀ ਗੁਰੂ ਸਾਹਿਬ ਕਹਿੰਦੇ ਜਿਹੜਾ ਜਰ ਲੈਂਦਾ ਹੈ, ਗੁਰਮੁਖ ਵਿਰਲਾ ਬੁਝੈ ਕੋਈ, ਉਹ ਵਿਰਲਾ ਹੀ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਬੁਝਦਾ ਹੈ ਜੀ। ਕਰ ਕਿਰਪਾ ਰੱਖੋ ਰਖਵਾਲੇ, ਬਿਨ ਬੂਝੇ ਪਸ਼ੂ ਭਏ ਬੇਤਾਲੇ। ਇਹ ਤੇ ਗੁਰੂ ਕਿਰਪਾ ਕਰੇ ਤੇ ਕੋਈ ਵਿਰਲਾ ਮਨੁੱਖ ਸਿੰਜਾਪਦਾ ਹੈ, ਸਿਆਣਾ ਬਣਦਾ ਹੈ, ਗੁਰੂ ਦੇ ਸ਼ਬਦ ਦੇ ਵਿੱਚ ਆਪਣੇ ਮਨ ਨੂੰ ਭਿਉਂ ਕੇ ਸਮਰਪਿਤ ਕਰਕੇ। ਕਰ ਕਿਰਪਾ ਰੱਖੋ ਰਖਵਾਲੇ, ਹੇ ਤਰਸ ਰਖਵਾਲੇ ਪ੍ਰਭੂ ਮੇਰੇ ਤੇ ਕਿਰਪਾ ਕਰੋ। ਮੈਂ ਵੇਖ ਰਿਹਾ ਜਿਨ੍ਹਾਂ ਕੋਲ ਇਹ ਸ਼ਬਦ ਦੀ ਸਮਝ ਨਹੀਂ ਹੈ ਨਾ, ਬਿਨ ਬੂਝੇ ਪਸ਼ੂ ਭਏ ਬੇਤਾਲੇ, ਕਹਿੰਦੇ ਉਹਨਾਂ ਦਾ ਜੀਵਨ ਪਸ਼ੂਆਂ ਦੀ ਤਰ੍ਹਾਂ ਹੈ, ਬੇਤਾਲ ਭਾਵ ਭੂਤਨਿਆਂ ਦੀ ਤਰ੍ਹਾਂ ਹੈ ਉਹਨਾਂ ਦਾ ਜੀਵਨ। ਕਲੇਸ਼ ਹੈ, ਝਗੜਾ ਹੈ, ਅੰਦਰ ਅੱਗ ਬਲੀ ਹੈ, ਸਬਰ ਨਹੀਂ ਹੈ, ਦੂਸਰਿਆਂ ਨੂੰ ਖਿਮਾ ਕਰਨ ਦੀ ਉਹਨਾਂ ਵਿੱਚ ਸਾਂਝ ਨਹੀਂ ਹੈ, ਬਰਦਾਸ਼ਤ ਦੀ ਬਿਰਤੀ ਨਹੀਂ ਹੈ, ਇਕੱਲੇ ਪਸ਼ੂ ਦੀ ਤਰ੍ਹਾਂ ਹੀ ਨੇ। ਗੁਰੂ ਸਾਹਿਬ ਕਿਰਪਾ ਕਰੋ, ਮਨੁੱਖ ਦੀ ਜਿਹੜੀ ਇਹ ਤੁਸੀਂ ਜ਼ਾਤ ਦਿੱਤੀ ਹੈ, ਜ਼ਾਤ ਤੋਂ ਭਾਵ ਇਹ ਸਰੀਰ, ਤੇ ਇਹਦੇ ਵਿੱਚ ਮਨੁੱਖ ਦੀ ਤਰ੍ਹਾਂ ਹੀ ਜੀਵਨ ਬਤੀਤ ਕਰਾਓ, ਪਸ਼ੂ ਤੇ ਬੇਤਾਲੇ ਨਾ ਹੋਈਏ ਜੀ। ਗੁਰ ਕਹਿਆ ਅਵਰ ਨਹੀਂ ਦੂਜਾ, ਕਿਸ ਕਹਿ ਦੇਖ ਕਰੋ ਅਨ ਪੂਜਾ। ਗੁਰੂ ਨੇ ਕਹਿਤਾ ਕਿ ਸ਼ਬਦ ਤੋਂ ਬਿਨਾਂ ਹੋਰ ਨਹੀਂ ਹੈ ਭਾਈ ਦੂਸਰਾ, ਜਿਹੜਾ ਕਟਾਕਸ਼ ਕਰਕੇ ਮਨ ਨੂੰ ਐਨ ਬੜੇ ਇੱਕ ਅੱਖ ਦੇ ਫੌਰ ਦੇ ਵਿੱਚ ਹੀ ਟਿਕਾ ਕੇ ਰੱਖ ਦੇ, ਹੋਰ ਗੱਲਾਂ ਨਹੀਂ ਟਿਕਾ ਸਕਦੀਆਂ। ਇੱਕ ਸ਼ਬਦ ਹੈ, ਦੂਸਰੀ ਕੋਈ ਤਾਕਤ ਨਹੀਂ ਹੈ। ਕਿਸ ਕਹੋ ਦੇਖ ਕਰੋ ਅਨ ਪੂਜਾ, ਅਨ ਕਹਿੰਦੇ ਦੂਸਰਾ, ਕਿਸ ਦੂਸਰੇ ਨੂੰ ਵੇਖ ਕੇ ਮੈਂ ਉਹਦੇ ਅੱਗੇ ਸਿਰ ਝੁਕਾਵਾਂ, ਮੈਨੂੰ ਤੇ ਸ਼ਬਦ ਗੁਰੂ ਦੀ ਸਾਂਝ ਪੈ ਗਈ ਹੈ, ਹੋਰ ਪਾਸੇ ਨਹੀਂ ਹੁਣ ਮਨ ਟਿਕਦਾ ਜੀ। ਸੰਤੋ ਹੇਤ ਪ੍ਰਭ ਤ੍ਰਿਪਵਨ ਧਾਰੇ, ਆਤਮ ਚੀਨੈ ਸੋ ਤਤ ਵਿਚਾਰੇ। ਗੁਰੂ ਨੇ ਅਸਲ ਦੇ ਵਿੱਚ, ਗੁਰੂ ਨਾਨਕ ਸਾਹਿਬ ਕਹਿੰਦੇ ਇਹ ਜਿਹੜਾ ਧਰਮਸ਼ਾਲ ਬਣਾਈ ਸੀ ਨਾ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਜੀ ਜੁਗਤ ਕੈ ਰੰਗ ਤਿਨਕੈ ਨਾਮ ਅਨੇਕ ਅਨੰਤ। ਇਹ ਜਿਹੜੀ ਧਰਮਸ਼ਾਲ ਬਣਾਈ ਸੀ ਨਾ, ਇੱਥੇ ਜੀਆਂ ਦੇ ਕਰਮਾਂ ਦੇ ਕਰਕੇ ਆਪਾਂ ਉਹਨਾਂ ਦੇ ਨਾਮ ਪਾ ਦਿੱਤੇ, ਛੋਟੇ ਤੋਂ ਛੋਟੇ ਦਾ ਨਾਮ ਉਹਨਾਂ ਦੇ ਕਰਮ ਕਰਕੇ ਕਿਰਮ ਹੋ ਗਿਆ, ਉਹ ਜਿਹੜਾ ਛੋਟੇ ਕੀੜਿਆਂ ਦੇ ਅੰਦਰ ਕੀੜਾ, ਵੱਡੇ ਤੋਂ ਵੱਡੇ ਨੂੰ ਤਨਾੜ ਕਹਿਤਾ, ਹਾਥੀ ਕਹਿਤਾ, ਜਿਹੜੇ ਜਿਹੜੇ ਕਰਮ ਸੀ ਨਾ, ਕਰਮਾਂ ਕਰਕੇ ਇਹਨਾਂ ਦੇ ਨਾਮ ਪੈ ਗਏ। ਪਰ ਗੁਰੂ ਸਾਹਿਬ ਕਹਿੰਦੇ ਜੇ ਅਸੀਂ ਮਨੁੱਖ ਹੈਗੇ ਹਾਂ ਨਾ, ਅਸੀਂ ਮਨੁੱਖ ਤੋਂ ਪਸ਼ੂ ਨਹੀਂ ਬਣਨਾ ਸੀ, ਅਸੀਂ ਪਿਛਲੀ ਬਿਰਤੀ 'ਚ ਨਹੀਂ ਜਾਣਾ ਸੀ, ਅਸੀਂ ਮਨੁੱਖ ਤੋਂ ਦੇਵਤੇ ਬਣਨਾ ਸੀ, ਫਿਰ ਦੇਵਤੇ ਤੋਂ ਪਰਮ ਅਵਸਥਾ ਪਰਮ ਬੁੱਧ ਤੇ ਪਹੁੰਚਣਾ ਸੀ। ਗੁਰੂ ਸਾਹਿਬ ਕਹਿੰਦੇ ਇਸ ਵਾਸਤੇ ਸਾਡਾ ਜਨਮ ਇਸ ਤ੍ਰਿਭਵਨ ਦੇ ਵਿੱਚ ਸੰਸਾਰ 'ਚ ਹੋਇਆ, ਸੰਤ ਬਣਨ ਵਾਸਤੇ, ਨਾਮ ਜਪਣ ਵਾਸਤੇ। ਸੰਤ ਹੇਤ ਪ੍ਰਭ ਤ੍ਰਿਭਵਨ ਧਾਰੇ, ਸੰਤਾਂ ਨੂੰ ਬਣਾਉਣ ਵਾਸਤੇ, ਮਨੁੱਖ ਨੂੰ ਸੰਤ ਬਣਾਉਣ ਵਾਸਤੇ
ਇਹ ਧਰਤੀ ਥਾਪੀ ਗਈ ਸੀ ਆਤਮ ਚੀਨੈ ਸੋ ਤਤ ਵਿਚਾਰੇ, ਜਿਹਨੇ ਆਤਮ ਨੂੰ ਚੀਨ ਲਿਆ ਆਪਣੇ ਆਪ ਨੂੰ ਬਰਦਾਸ਼ ਵਾਲੀ ਬਿਰਤੀ ਚ ਲਿਆ ਕੇ ਐਨ ਇੱਕ ਟਿਕਾ ਕੇ ਉਹਨੇ ਮਨ ਨੂੰ ਸੋਧ ਲਿਆ, ਕਹਿੰਦੇ ਉਹਨੇ ਪ੍ਰਭੂ ਦੀ ਤਤ ਦੀ ਵਿਚਾਰ ਪਾ ਲਈ ਜੀ। ਸੱਚ ਹਿਰਦੈ ਸੱਚ ਪ੍ਰੇਮ ਨਿਵਾਸ ਪ੍ਰਣਵਤ ਨਾਨਕ ਹਮ ਤਾਂ ਕੇ ਦਾਸ। ਪ੍ਰਭੂ ਜੀ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੈਂ ਕਿਸੇ ਹੋਰ ਨੂੰ ਨਹੀਂ ਪਿਆਰ ਕਰਦਾ, ਮੈਂ ਸਿਰਫ ਉਹਨੂੰ ਪਿਆਰ ਕਰਦਾ ਜਿਹਦੇ ਹਿਰਦੇ ਦੇ ਵਿੱਚ ਸੱਚ ਹੈ ਤੇ ਦੂਸਰਾ ਜਿਹਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਪਿਆਰ ਹੈ। ਬੜੀ ਡੂੰਘੀ ਖੇਡ ਹੈ ਪ੍ਰੇਮ ਤੋਂ ਬਿਨਾਂ ਜਿਹੜਾ ਹਿਰਦਾ ਖਾਲੀ ਹੈ ਨਾ, ਗੁਰੂ ਸਾਹਿਬ ਕਹਿੰਦੇ ਉਹ ਖਾਲੀ ਭਾਂਡਾ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਘਰ ਦੇ ਵਿੱਚ ਖਾਲੀ ਭਾਂਡਾ ਛਣਕਦਾ ਹੈ ਦੂਸਰੇ ਭਾਂਡੇ ਨਾਲ ਵੱਜਦਾ ਹੈ। ਕਹਿੰਦੇ ਖਾਲੀ ਭਾਂਡਾ ਕਲੇਸ਼ ਹੀ ਪੈਦਾ ਕਰੇਗਾ, ਰੋਲਾ ਹੀ ਪੈਦਾ ਕਰੇਗਾ। ਜਿਸ ਭਾਂਡੇ 'ਚ ਪ੍ਰੇਮ ਦਾ ਰਸ ਭਰ ਗਿਆ ਕਹਿੰਦੇ ਮੈਂ ਉਹਨੂੰ ਨਮਸਕਾਰ ਕਰਦਾ। ਸਾਚ ਹਿਰਦੈ ਸੱਚ ਪ੍ਰੇਮ ਨਿਵਾਸ, ਪ੍ਰੇਮ ਦਾ ਨਿਵਾਸ ਹੋ ਗਿਆ ਪ੍ਰਣਵਤ ਨਾਨਕ ਹਮ ਤਾਕੇ ਦਾਸ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਵੀ ਉਹਦਾ ਚੇਲਾ, ਮੈਂ ਵੀ ਉਹਦਾ ਦਾਸ ਹਾਂ ਜੀ। ਗੌੜੀ ਮਹਿਲਾ ਪਹਿਲਾ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਵਿਪਤ ਪੜੀ ਪਛਤਾਨਿਆ, ਜਹ ਪ੍ਰਭ ਸਿਮਰੇ ਤੁਹੀ ਮਨ ਮਾਨਿਆ। ਗੌੜੀ ਮਹਿਲਾ ਪਹਿਲਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਸ਼ਬਦ ਹੈ ਬੜਾ ਕੀਮਤੀ ਹੈ। ਬੜੇ ਸਾਰੇ ਇਤਿਹਾਸਕ ਮਿਥਿਹਾਸਕ ਉਦਾਹਰਨ ਦੇ ਕੇ ਹਉਮੈ ਕਿੰਨੀ ਖਤਰਨਾਕ ਬਿਮਾਰੀ ਹੈ, ਇਹ ਅਹੰਕਾਰ ਕਿੱਡਾ ਕੁ ਡਾਢਾ ਹੋ ਸਕਦਾ, ਇਕੱਲੇ ਪਸ਼ੂਆਂ ਤੇ ਮਨੁੱਖਾਂ ਨੂੰ ਨਹੀਂ, ਇਹ ਤੇ ਬੰਦਗੀ ਕਰਨ ਵਾਲੇ ਦੇਵਤਿਆਂ ਨੂੰ ਵੀ ਲੈ ਬੈਠਦਾ। ਗੁਰੂ ਸਾਹਿਬ ਇੱਥੋਂ ਤੱਕ ਕਹਿੰਦੇ ਬ੍ਰਹਮੈ, ਬ੍ਰਹਮ ਜੀ ਬ੍ਰਹਮਾ ਦੇਵਤਾ ਜਿਹਨਾਂ ਨੂੰ ਆਪਾਂ ਸ੍ਰਿਸ਼ਟੀ ਦਾ ਬਣਾਉਣ ਵਾਲਾ ਕਹਿੰਦੇ ਆ, ਔਰ ਇਸ ਧਰਤੀ ਤੇ ਸੰਸਾਰ ਦੇ ਵਿੱਚ ਬ੍ਰਹਮਾ ਜੀ ਦਾ ਇੱਕੋ ਇੱਕ ਮੰਦਿਰ ਹੈ ਪੁਸ਼ਕਰ ਦੇ ਵਿੱਚ, ਦੂਸਰਾ ਕੋਈ ਮੰਦਿਰ ਨਹੀਂ ਹੈ ਇਸ ਧਰਤੀ ਤੇ। ਬਾਕੀ ਸਾਰੇ ਤੁਹਾਨੂੰ ਜ਼ਿਆਦਾ ਮੰਦਿਰ ਸ਼ਿਵ ਜੀ ਦੇ ਮਿਲਣਗੇ ਜਿਹੜੇ ਮੌਤ ਦੇ ਦੇਵਤਾ ਨੇ। ਹੁਣ ਸਾਰਿਆਂ ਨੂੰ ਜੀਵਨ ਦੇ ਨਾਲ ਕੋਈ ਤਾਲੁਕਾਤ ਨਹੀਂ, ਹੁਣ ਤੇ ਜੰਮ ਪਏ ਆ, ਹੁਣ ਮੌਤ ਦਾ ਹੀ ਖਤਰਾ ਹੈ। ਇਹ ਅਕਸਰ ਮਸਕੀਨ ਜੀ ਇਹ ਕਥਾ 'ਚ ਆਪਣੀ ਵਿਚਾਰ ਰੱਖਦੇ ਸੀ ਇਹ ਵਾਲੀ। ਗੁਰੂ ਸਾਹਿਬ ਕਹਿੰਦੇ ਕਿ ਬ੍ਰਹਮਾ ਬ੍ਰਹਮ ਜੀ ਬ੍ਰਹਮਾ ਦੇਵਤਾ ਜੀ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ, ਕਹਿੰਦੇ ਉਹਨਾਂ ਨੇ ਇਹ ਗਰਭ ਕਰ ਲਿਆ, ਇਹ ਅਹੰਕਾਰ ਕਰ ਲਿਆ ਕਿ ਮੈਂ ਹੀ ਸ੍ਰਿਸ਼ਟੀ ਬਣਾਈ ਹੈ, ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਬ੍ਰਹਮਾ ਦੇਵਤਾ ਨੂੰ ਵੀ ਬਣਾਉਣ ਵਾਲਾ ਉਹ ਅਕਾਲ ਹੈ, ਉਹ ਪਰਮਾਤਮਾ ਹੈ, ਉਹ ਪਰਮੇਸ਼ਵਰ ਹੈ ਜਿਹੜਾ ਸਾਰਿਆਂ ਦੇ ਉੱਤੇ ਹੈ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾ, ਇਹਦੇ ਉੱਤੇ ਉਹ ਬੈਠਾ। ਕਹਿੰਦੇ ਉਸ ਅਹੰਕਾਰ ਦੇ ਵਿੱਚ ਕੀ ਹੋਇਆ, ਰੱਬ ਨੇ ਫਿਰ ਅਹੰਕਾਰ ਤੋੜਨ ਲਈ ਕੀ ਕੀਤਾ, ਵੇਦ ਕੀ ਵਿਪਤ ਪੜੀ ਪਛਤਾਨਿਆ। ਬ੍ਰਹਮਾ ਜੀ ਕੋਲ ਵੇਦ ਸਨ, ਸੁੱਤੇ ਅੱਧੀ ਰਾਤੀ ਵੇਦ ਚੋਰੀ ਹੋ ਗਏ, ਹੁਣ ਹੱਥਾਂ ਪੈਰਾਂ ਦੀ ਪੈ ਗਈ ਕਿ ਵੇਦ ਕਿੱਥੇ ਗਏ। ਫਿਰ ਉਹਨਾਂ ਨੇ ਪ੍ਰਭੂ ਅੱਗੇ ਭਗਵਾਨ ਅੱਗੇ ਉਸ ਅਕਾਲ ਅੱਗੇ ਅਰਦਾਸ ਕੀਤੀ ਕਿ ਮੇਰੀ ਪੱਤ ਰੱਖੋ, ਮੈਂ ਹਉਮੈ ਦੇ ਵਿੱਚ ਆ ਗਿਆ ਸੀ। ਫਿਰ ਕਹਿੰਦੇ ਜਹ ਪ੍ਰਭ ਸਿਮਰੇ ਤਹੀਂ ਮਨ ਮਾਨਿਆ, ਫਿਰ ਜਾ ਕੇ ਜਿਹੜੇ ਦੈਂਤ ਉਹ ਵੇਦ ਚੋਰੀ ਕਰਕੇ ਲੈ ਗਏ ਸੀ ਉਹ ਵੇਦ ਵਾਪਿਸ ਮਿਲੇ ਤੇ ਬ੍ਰਹਮਾ ਜੀ ਨੂੰ ਆਪਣੇ ਅਹੰਕਾਰ ਨੂੰ ਚੁਕਾਉਣਾ ਪਿਆ ਜੀ। ਐਸਾ ਗਰਭ ਬੁਰਾ ਸੰਸਾਰ ਜਿਸ ਗੁਰੂ ਮਿਲੇ ਤਿਸ ਗਰਭ ਨਿਵਾਰ। ਐਸਾ ਗਰਭ, ਗਰਭ ਕਹਿੰਦੇ ਅਹੰਕਾਰ ਏਡਾ ਡਾਡਾ ਭਾਈ, ਇਹ ਨਾ ਸਮਝੋ ਮਨੁੱਖ ਨੂੰ ਲਈ ਬੈਠਾ, ਬੰਦਗੀ ਕਰਨ ਵਾਲੇ ਤਪੀ ਤਪੀਸਰ ਵੇਦ ਕੇ ਸਰੋਤੇ ਜਿਨ੍ਹਾਂ ਨੇ ਪੜ੍ਹ ਲਿਆ ਜਿਨ੍ਹਾਂ ਨੇ ਗਿਆਨ ਹਾਸਲ ਕਰ ਲਿਆ ਉਹਨਾਂ ਨੂੰ ਵੀ ਲੈ ਡੁੱਬਦਾ ਇਹ ਅਹੰਕਾਰ। ਐਸਾ ਗਰਭ ਬੁਰਾ ਸੰਸਾਰ ਹੈ, ਇਹਨੂੰ ਪੜਿਓ ਜੀ, ਸੰਸਾਰ ਹੈ ਹਾਂਜੀ, ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ। ਇੱਕ ਗੱਲ ਯਾਦ ਰੱਖਿਓ ਭਾਈ, ਗੁਰੂ ਤੋਂ ਬਿਨਾਂ ਸਿੱਖ ਕੋਈ ਕਾਰਜ ਨਾ ਸ਼ੁਰੂ ਕਰੇ, ਗੁਰੂ ਨੂੰ ਵਿਸਾਰ ਕੇ ਕਿਸੇ ਗੱਲ ਵੱਲ ਕਿਸੇ ਕੰਮ ਵੱਲ ਹੱਥ ਨਾ ਪਾਏ, ਆਪਣੀ ਅਹੰਕਾਰ ਨੂੰ ਨਾ ਅੱਗੇ ਲਿਆਏ, ਗੁਰੂ ਅੱਗੇ ਅਰਦਾਸ ਸੋਧ ਕੇ ਕਾਰਜ ਕਰੇ, ਕਾਰਜ ਦੀ ਸ਼ੁੱਧੀ ਹੋਣ ਤੇ ਕਾਰਜ ਸਿੱਧ ਹੋਣ ਤੇ ਗੁਰੂ ਅੱਗੇ ਉਸੇ ਮਨ ਨਾਲ ਜਾਏ ਜਿਸ ਮਨ ਨਾਲ ਅਰਦਾਸ ਕਰਨ ਆਇਆ ਸੀ, ਉਸੇ ਮਨ ਨਾਲ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰੇ। ਹਉਮੈ 'ਚ ਅੱਖਾਂ ਨਾ ਬਦਲ ਜਾਣ, ਗੁਰੂ ਸਾਹਿਬ ਇਹ ਸਮਝਾ ਰਹੇ ਆ ਅੱਗੇ
ਜੇ ਗੁਰੂ ਤੋਂ ਬੇਮੁਖ ਹੋ ਗਏ ਤੇ ਹਾਲ ਕੀ ਹੁੰਦਾ? ਬਿਨ ਗੁਰ, ਗੁਰ ਤੋਂ ਬਿਨਾਂ ਜਿਸ ਗੁਰ ਮਿਲਿਆ ਤਿਸ ਗਰਭ ਨਿਵਾਰਾ, ਜਿਹਨੂੰ ਗੁਰੂ ਮਿਲਦਾ ਉਹਦਾ ਅਹੰਕਾਰ ਟੁੱਟਦਾ ਹੈ। ਰਹਾਓ ਰਾਜਾ ਮਾਇਆ ਅਹੰਕਾਰੀ, ਜਗਨ ਕਰੇ ਬਹੁ ਭਾਰ ਅਫਾਰੀ, ਬਿਨ ਗੁਰ ਪੁੱਛੇ ਜਾਏ ਪਿਆਰੀ। ਦੇਖੋ ਗੁਰੂ ਦੀ ਕਿੰਨੀ ਮਾਨਤਾ ਹੁੰਦੀ ਹੈ। ਬਲ ਰਾਜਾ ਬੜਾ ਬਲੀ ਰਾਜਾ ਸੀ, ਰਾਜਾ ਬਲ ਉਹਦਾ ਨਾਂ, ਬੜਾ ਹੀ ਸਿਆਣਾ, ਬੜਾ ਹੀ ਪੈਸਿਆਂ ਵਾਲਾ, ਦੌਲਤ ਵਾਲਾ। ਉਹਨੇ 7100 ਯੱਗ ਕਰਾਏ, 7100 ਯੱਗ, ਧਰਤੀ ਦੇ ਸਾਰੇ ਬ੍ਰਾਹਮਣ ਇਕੱਠੇ ਕਰਕੇ ਕੀ ਕੀਤਾ? ਕਹਿੰਦਾ ਮੈਂ ਇੰਦਰ ਦਾ ਤਖਤ ਹਾਸਲ ਕਰਨਾ, ਜਿੱਥੇ ਇੰਦਰ ਦੇਵਤਾ ਮੈਂ ਉੱਥੇ ਤੱਕ ਪਹੁੰਚਣਾ। 7100 ਯੱਗ ਪੂਰੇ ਹੋਣ ਲੱਗੇ, ਆਖਰੀ ਯੱਗ ਰਹਿ ਗਿਆ ਸੀ, ਇੰਦਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਹਿੰਦੇ ਇਹ ਯੱਗ ਜੇ ਪੂਰਾ ਹੋ ਗਿਆ ਤੇ ਮੈਂ ਤਖਤ ਤੋਂ ਥੱਲੇ ਤੇ ਰਾਜਾ ਬਲ ਤਖਤ ਤੇ ਆ ਜਾਏਗਾ। ਵਿਸ਼ਨੂੰ ਨੂੰ ਉਹਨੇ ਭੇਜਿਆ ਕਿ ਤੂੰ ਰੂਪ ਵਟਾ ਕੇ ਜਾ, ਇਹਦੇ ਯੱਗ ਦੇ ਵਿੱਚ ਵਿਘਨ ਪਾ। ਵਿਸ਼ਨੂੰ ਦੇਵਤਾ ਜੀ ਭਗਵਾਨ ਉੱਥੇ ਪਹੁੰਚੇ ਤੇ ਕਹਿੰਦੇ ਬ੍ਰਾਹਮਣ ਦਾ, ਕਹਿੰਦੇ ਤੂੰ ਇੰਨੇ ਬ੍ਰਾਹਮਣਾਂ ਨੂੰ ਦਾਨ ਕਰ ਰਿਹਾ, ਮੈਂ ਵੀ ਬ੍ਰਾਹਮਣ ਹਾਂ। ਤੇ ਬਲ ਰਾਜਾ ਕਹਿੰਦਾ ਕੀ ਦੱਸ ਚਾਹੀਦਾ ਕੀ? ਕਹਿੰਦੇ ਮੈਨੂੰ ਸਿਰਫ 2.5 ਗਜ ਜਗ੍ਹਾ ਦੇ ਦੇ, ਮੈਂ ਆਪਣੀ ਕੁਟੀਆਂ ਬਣਾਉਣੀ ਹੈ। ਕਹਿੰਦੇ ਲਓ 2.5 ਗਜ ਜੀ, ਕਹਿੰਦੇ ਮਿਣ ਲਓ ਜਿੰਨੀ ਲੈਣੀ ਹੈ। ਉਹਨਾਂ ਨੇ ਬਲਵਾਨ ਰੂਪ ਧਾਰਨ ਕੀਤਾ, ਇੱਕ ਕਦਮ ਚ ਪੂਰੀ ਧਰਤੀ ਮਿਣ ਲਈ, ਦੂਸਰੇ ਕਦਮ ਚ ਸਾਰਾ ਅਸਮਾਨ ਮਿਣ ਲਿਆ। ਕਹਿੰਦੇ ਹੁਣ ਅੱਧਾ ਕਿੱਥੇ ਹੈ? ਉਹ ਕਹਿੰਦਾ ਫਿਰ ਮੇਰਾ ਸਰੀਰ ਲੈ ਲਓ। ਅੱਧਾ ਕਦਮ ਉਹਦੇ ਸਰੀਰ ਦਾ ਲੈ ਲਿਆ ਬਲ ਰਾਜੇ ਦਾ, ਗੁਰੂ ਤੋਂ ਨਹੀਂ ਪੁੱਛਿਆ ਨਾ। ਉਹਦੇ ਗੁਰੂ ਨੇ ਮਨਾ ਵੀ ਕੀਤਾ ਸੀ, ਭਾਈ ਛਲਿਆ ਨਾ ਜਾਈ, ਇਹ ਪੂਰੇ ਕਰ ਲਈ ਯੱਗ, ਗੁਰੂ ਤੋਂ ਬੇਮੁਖ ਹੋ ਗਿਆ। ਉਹਨੂੰ ਪਤਾਲ ਦੇ ਵਿੱਚ ਧੱਕ ਦਿੱਤਾ। ਇਹ ਹਾਲ ਹੋਇਆ ਗੁਰੂ। ਇਹ ਮਿਥਿਹਾਸਕ ਸਰੋਤਾਂ ਚ ਕਹਾਣੀਆਂ ਮਿਲਦੀਆਂ ਨੇ। ਇਸ ਗੁਰੂ ਸਾਹਿਬ ਨੇ ਕਹਾਣੀਆਂ ਇਸ ਲਈ ਲਈ, ਸਾਡੀਆਂ ਤੁਹਾਡੀਆਂ ਕਹਾਣੀਆਂ ਇਸ ਲਈ ਨਹੀਂ ਲਈ, ਸਾਡਾ ਤੇ ਜੀਵਨ ਬਹੁਤ ਹੀ ਤੁੱਛ ਹੈ। ਇਸ ਲਈ ਲਈ ਕਿ ਇਹਨਾਂ ਨੇ ਬੜੇ ਵੱਡੇ ਵੱਡੇ ਯੱਗ ਕਰਾਏ, ਬੜਾ ਇਹਨਾਂ ਦਾ ਗ੍ਰੰਥਾਂ ਵਿੱਚ, ਵੇਦਾਂ ਸ਼ਾਸਤਰਾਂ ਦੇ ਵਿੱਚ ਨਾਮ ਹੈ। ਜੇ ਇਹਨਾਂ ਦੇ ਉਦਾਹਰਣ ਲੈ ਕੇ ਵੀ ਨਹੀਂ ਸਮਝਾਂਗੇ, ਸਾਡੇ ਤੇ ਉਦਾਹਰਣ ਤੇ, ਸਾਡੇ ਤੇ ਹਾਸੂਹੀਣੀ ਉਦਾਹਰਣ ਹੈ ਸਾਡੀ ਜ਼ਿੰਦਗੀਆਂ ਦੇ, ਜੋ ਜੋ ਅਸੀਂ ਕੁਕਰਮ ਕਰਦੇ ਹਾਂ ਆਪਣੀ ਜ਼ਿੰਦਗੀ 'ਚ। ਕਹਿੰਦੇ ਬਿਨਾਂ ਗੁਰੂ ਤੋਂ ਜੇ ਕੋਈ ਕਾਰਜ ਕਰਦਾ ਉਹ ਪਿਆਲ, ਪਿਆਲ ਪਿਆਰੀ ਭਾਵ ਪਤਾਲਾਂ ਦੇ ਵਿੱਚ ਹੀ, ਬਿਨ ਗੁਰ ਪੁੱਛੇ ਜਾਏ ਪਿਆਰੀ ਪਤਾਲਾਂ 'ਚ ਹੀ ਜਾਂਦਾ ਹੈ ਜੀ। ਹਰੀ ਚੰਦ ਦਾਨ ਕਰੇ ਜਸ ਲੇਵੈ, ਬਿਨ ਗੁਰ ਅੰਤ ਨਾ ਪਾਏ ਅਪੇਵੈ, ਆਪ ਭੁਲਾਏ ਆਪੇ ਮਤ ਦੇਵੈ। ਹਰੀ ਚੰਦ ਵੀ ਬੜਾ ਸਿਆਣਾ ਸੀ। ਹਰੀ ਚੰਦ ਮਾਇਆ ਅਹੰਕਾਰੀ, ਉਹ ਵਾਹਿਗੁਰੂ ਹਰੀ ਚੰਦ ਦਾਨ ਕਰੇ ਜਸ ਲੇਵੈ, ਦਾਨੀ ਸੀ ਧਰਤੀ ਦਾ ਬੜਾ ਵੱਡਾ। ਹੁਣ ਪਤਾ ਲੱਗਿਆ ਵਿਸ਼ਨੂੰ ਦੇਵਤੇ ਨੂੰ ਕਿ ਇਹ ਬਹੁਤ ਵੱਡਾ ਦਾਨੀ ਹੈ, ਵਿਸ਼ਿਸ਼ਟ ਨੂੰ ਭੇਜਤਾ, ਜਾਓ ਜੀ ਪਰਖ ਕਰੋ ਇਹਦੇ ਕਿੱਡਾ ਕੁ ਵੱਡਾ ਦਾਨੀ ਹੈ। ਦਾਨ ਕਰੇ ਜਸ ਲੇਵੈ, ਦੁਨੀਆਂ 'ਚ ਜਸ ਹੀ ਬੜਾ। ਬਿਨ ਗੁਰ ਅੰਤ ਨਾ ਪਾਏ ਅਪੇਵੈ, ਉਸ ਦਿਨ ਇਹਦਾ ਗੁਰੂ ਉੱਥੇ ਹਾਜ਼ਰ ਨਹੀਂ ਸੀ ਜਿੱਥੇ ਇਹ ਦਾਨ ਦੇ ਰਿਹਾ ਸੀ। ਇਹਦੇ ਕੋਲ ਉਹ ਆਏ, ਕਹਿੰਦੇ ਕਿ ਸਾਨੂੰ ਵੀ ਦਾਨ ਦਿਓ। ਕਹਿੰਦੇ ਕੀ ਦਾਨ ਦੇਈਏ? ਕਹਿੰਦੇ ਜਿੰਨਾ ਤੇਰਾ ਰਾਜ ਭਾਗ ਹੈ ਸਾਰਾ ਦੇ ਦੇ। ਕਹਿੰਦੇ ਜਿੰਨੀ ਧਰਤੀ ਹੈ ਸਾਰੀ ਦੇ ਦੇ ਦਾਨ, ਜਿੰਨਾ ਅਸਮਾਨ ਹੈ ਸਾਰਾ ਦਾਨ ਦੇ ਦੇ। ਕਹਿੰਦਾ ਲਓ ਜੀ ਧਰਤੀ ਵੀ ਲੈ ਲਓ, ਅਸਮਾਨ ਵੀ ਲੈ ਲਓ। ਹੁਣ ਦਾਨ ਦੇਣ ਤੋਂ ਬਾਅਦ ਨਾ ਪੁਰੋਹਿਤਾਂ ਨੂੰ ਦਕਸ਼ਣਾ ਵੀ ਦੇਣੀ ਪੈਂਦੀ ਹੈ। ਕਹਿੰਦੇ ਹੁਣ ਤੇਰੇ ਕੋਲ ਤੇ ਕੱਖ ਨਹੀਂ ਰਿਹਾ, ਸਾਰਾ ਕੁਛ ਤੇ ਤੂੰ ਦਾਨ ਦਿੱਤਾ, ਹੁਣ ਦਕਸ਼ਣਾ ਕੀ ਦੇਗਾ? ਉਹਨੂੰ ਹੱਥਾਂ ਪੈਰਾਂ ਦੀ ਪੈ ਗਈ, ਲੈ ਭਾਈ ਗੁਰੂ ਕਿੱਥੇ ਮੇਰਾ? ਹੁਣ ਗੁਰੂ ਹੈ ਨਹੀਂ, ਗੁਰੂ ਤੋਂ ਬਿਨਾਂ ਉਹਨੇ ਕਦਮ ਪੁੱਟ ਲਿਆ। ਕਹਿੰਦੇ ਮੈਨੂੰ ਹੁਣੇ ਹੀ ਦਕਸ਼ਣਾ ਚਾਹੀਦੀ। ਕਹਿੰਦੇ ਮੈਂ, ਮੇਰੀ ਪਤਨੀ ਤੇ ਮੇਰਾ ਪੁੱਤਰ ਬਾਜ਼ਾਰ ਵਿੱਚ ਵੇਚ ਦਿਓ, ਜਿੰਨੇ ਪੈਸੇ ਮਿਲਣਗੇ ਦਕਸ਼ਣਾ ਦੇ ਦਿਓ। ਬਾਜ਼ਾਰ 'ਚ ਉਹ ਵੱਖਰੇ ਵੇਚੇ ਗਏ, ਇਹਦੀ ਪਤਨੀ ਤੇ ਪੁੱਤਰ, ਤੇ ਇਹ ਵੱਖਰਾ ਵੇਚਿਆ ਗਿਆ। ਇਹਨੂੰ ਗੁਲਾਮ ਕੋਈ ਖਰੀਦ ਕੇ ਲੈ ਗਿਆ, ਗੁਲਾਮ ਬਣਾ ਕੇ ਇਹਨੂੰ ਮਰਕਟ ਦੇ ਵਿੱਚ ਇਹਨੂੰ ਨੌਕਰ ਰੱਖ ਲਿਆ, ਲਾਸ਼ਾਂ ਸਾੜਦਾ ਰਿਹਾ। ਇੱਕ ਦਿਨ ਜਿੱਥੇ ਇਹਦੀ ਵੋਟੀ ਗੁਲਾਮ ਬਣੀ ਸੀ ਆਪਣੇ ਪੁੱਤਰ ਦੇ ਨਾਲ, ਇਹਦਾ ਪੁੱਤਰ ਮਰ ਗਿਆ। ਉਸੀ ਮਰਕਟ 'ਚ ਪਹੁੰਚੀ ਹੈ ਆਪਣੇ ਪੁੱਤਰ ਨੂੰ ਸਾੜਨ ਵਾਸਤੇ। ਇਹਨੇ ਵੇਖਿਆ ਮੇਰੀ ਵੋਟੀ ਤੇ ਮੇਰਾ ਪੁੱਤਰ ਹੈ। ਉਹ ਕਹਿੰਦੇ ਪੈਸੇ ਲੱਕੜਾਂ ਮੈਂ ਮੁਫ਼ਤ ਨਹੀਂ ਦੇਣੀਆਂ। ਕਹਿੰਦੇ ਧਰਤੀ ਨੂੰ ਵੀ ਸੂਲਾਂ ਪੈ ਗਈਆਂ ਇਹ ਗੱਲ ਸੁਣ ਕੇ। ਕਹਿੰਦੇ ਉੱਥੋਂ ਦੇਵਤਿਆਂ ਨੂੰ ਵੀ ਆਵਾਜ਼ਾਂ ਪੈ ਗਈਆਂ, ਕਮਾਲ ਹੋ ਗਈ, ਦਾਨ ਦਾ ਸਿਖਰ ਹੀ ਹੈ ਇੰਨਾ ਪੱਕਾ ਇਹ ਕਿ ਆਪਣੇ ਸੱਕੇ ਪੁੱਤਰ ਨੂੰ, ਬਿੰਦੀ ਪੁੱਤਰ ਨੂੰ ਕਹਿੰਦਾ ਕਿ ਪੈਸੇ ਤੋਂ ਬਿਨਾਂ ਮੈਂ ਨਹੀਂ ਇਸ ਇੱਥੇ ਲੱਕੜਾਂ ਦਾਂਗਾ। ਕਹਿੰਦੇ ਹਿੱਲ ਗਿਆ ਸੀ, ਪਰ ਉਹਨੂੰ ਇਹ ਅਹਿਸਾਸ ਹੋ ਗਿਆ ਗੁਰੂ ਤੋਂ ਬਿਨਾਂ ਮੈਂ ਜਿਹੜਾ ਕਦਮ ਪੁੱਟ ਲਿਆ ਨਾ ਦਾਨ ਦੇਣ ਵਾਲਾ, ਮੈਂ ਪਛਤਾਇਆ। ਗੁਰੂ ਸਾਹਿਬ ਨੇ ਉਹ ਉਦਾਹਰਣ ਦਿੱਤੇ ਹੈ। ਕਹਿੰਦੇ ਇਸੇ ਤਰ੍ਹਾਂ ਹਰੀ ਚੰਦ ਦਾਨ ਕਰੈ ਜਸ ਲੇਵੈ, ਬਿਨ ਗੁਰ ਅੰਤ ਨਾ
ਪਾਈ ਅਪੇ ਵੈ ਅੰਤ ਬੜਾ ਮਾੜਾ ਹੋਇਆ ਉਹਦਾ ਆਪ ਭੁਲਾਏ ਆਪੇ ਮਤ ਦੇਵੈ ਪ੍ਰਭੂ ਆਪ ਭੁਲਾਉਂਦਾ ਇਸ ਲਈ ਭੁਲਾਉਂਦਾ ਹੈ ਤਾਂ ਕਿ ਮਤ ਆ ਜੇ ਬੰਦੇ ਨੂੰ ਆਪ ਭੁਲਾ ਕੇ ਗੁਰੂ ਮਤ ਦਿੰਦਾ ਹੈ ਜੀ ਦੁਰਮਤ ਹਰਨਾ ਖਸ ਦੁਰਾਚਾਰੀ ਪ੍ਰਭ ਨਾਰਾਇਣ ਗਰਭ ਪ੍ਰਹਾਰੀ ਪ੍ਰਹਲਾਦ ਉਧਾਰੇ ਕਿਰਪਾ ਧਾਰੀ ਹੁਣ ਜਿਹੜਾ ਹਰਨਾਕਸ਼ ਹੈ ਉਹਨੇ ਵੀ ਤਪ ਕੀਤਾ ਤਪ ਕਰਕੇ ਨਾ ਮੈਂ ਉੱਤੇ ਮਰਾਂ ਨਾ ਥੱਲੇ ਮਰਾਂ ਨਾ ਵਿੱਚ ਮਰਾਂ ਨਾ ਬਾਹਰ ਮਰਾਂ ਨਾ ਮੈਂ ਸਵੇਰੇ ਮਰਾਂ ਨਾ ਮੈਂ ਰਾਤੀ ਮਰਾਂ ਨਾ ਮੈਂ ਕਿਸੇ ਥਾਂ ਤੇ ਵੀ ਮਰਾਂ ਬਸ ਰੱਬ ਨੇ ਕੀ ਕੀਤਾ ਉਹਦੇ ਘਰ ਦੇ ਵਿੱਚ ਬੰਦਗੀ ਵਾਲਾ ਕੁੱਤਾ ਪੁੱਤਰ ਹੀ ਪੈਦਾ ਕਰਤਾ ਉਹੀ ਉਹਦੀ ਮੌਤ ਦਾ ਕਾਰਨ ਬਣਿਆ ਕਿ ਅਹੰਕਾਰ ਕਿਵੇਂ ਬੰਦੇ ਨੂੰ ਲੈ ਡੁੱਬਦਾ ਹਰੀ ਚੰਦ ਤੋਂ ਬਾਅਦ ਜਿਹੜਾ ਅਗਰਾ ਜਿਹੜਾ ਗੁਰੂ ਸਾਹਿਬ ਪ੍ਰਮਾਣ ਵਰਤਦੇ ਨੇ ਗੁਰੂ ਸਾਹਿਬ ਕਹਿੰਦੇ ਦੁਰਮਤ ਅਹੰਕ ਹਰਨਾਕਸ਼ ਦੁਰਾਚਾਰੀ ਦੁਰਮਤ ਦੇ ਵਿੱਚ ਕਹਿੰਦੇ ਮੈਨੂੰ ਪੂਜੋ ਜਲੇ ਥਰੀ ਹਲੇ ਥਰੀ ਮਤਲਬ ਜਿੱਥੇ ਜਿੱਥੇ ਹੈ ਹਰਿਨਾਕਸ਼ ਹੀ ਹੋਏ ਹਰਨਾਕਸ਼ ਹੋਏ ਤੇ ਪ੍ਰਹਿਲਾਦ ਨੇ ਕਿਹਾ ਕਿ ਨਹੀਂ ਮੈਂ ਨਹੀਂ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮਰਾਜ ਹਰਨਾਕਸ਼ ਦੁਸ਼ਟ ਹਰ ਮਾਲਿਆ ਪ੍ਰਹਿਲਾਦ ਰਾਇਆ ਹੁਣ ਇਹ ਪ੍ਰਹਿਲਾਦ ਜੀ ਦੇ ਬੜੇ ਸ਼ਬਦ ਮਿਲਦੇ ਬਾਣੀ ਦੇ ਵਿੱਚ ਮੇਰੀ ਪਟਿਆ ਲਿਖ ਦਿਓ ਸ਼੍ਰੀ ਗੋਪਾਲ ਨਹੀਂ ਛੋਡੂ ਰੇ ਬਾਬਾ ਰਾਮ ਨਾਮ ਪ੍ਰਹਿਲਾਦ ਪੜਾਏ ਪੜਨ ਸਾਰ ਸੰਗ ਸਖਾ ਬੋਲੀਏ ਵਾਲ ਮੁਕੋ ਕਹਾਂ ਪੜਾਵਸ ਆਲ ਜਾਲ ਮੈਂ ਹਰੀ ਹਰੀ ਹਰਨਾਕਸ਼ ਨਹੀਂ ਪੜ ਸਕਦਾ ਜਲੇ ਹਰੀ ਥੱਲੇ ਹਰੀ ਨਹੀਂ ਮੈਂ ਜਲੇ ਰਾਮ ਥੱਲੇ ਰਾਮ ਹੀ ਪੜਾਂਗਾ ਹੁਣ ਉਹ ਉਹਨੂੰ ਮਾਰਨ ਲੱਗਿਆ ਤੇ ਹੋਇਆ ਕਿ ਪ੍ਰਭ ਨਾਰਾਇਣ ਗਰਭ ਪ੍ਰਹਾਰੀ ਨਾਰਾਇਣ ਪ੍ਰਭੂ ਨੇ ਆਪ ਆ ਕੇ ਨਰਸਿੰਘਾ ਦਾ ਰੂਪ ਧਾਰ ਕੇ ਉਹਦਾ ਅਹੰਕਾਰ ਭੰਨਿਆ ਪ੍ਰਹਿਲਾਦ ਉਧਾਰੇ ਕਿਰਪਾ ਧਾਰੀ ਪ੍ਰਹਿਲਾਦ ਬਚ ਗਿਆ ਅਰਨਾਕਸ਼ ਮਰ ਗਿਆ ਜੀ ਉਲੋ ਰਾਵਣ ਮੁਗਧ ਅਚੇਤ ਲੁੱਟੀ ਲੰਕਾ ਸੀਸ ਸਮੇਤ ਗਰਭ ਗਿਆ ਬਿਨ ਸਤਿਗੁਰ ਹੇਤ ਭਾਈ ਗੁਰੂ ਨਾਨਕ ਸਾਹਿਬ ਕਹਿੰਦੇ ਕਿੱਥੇ ਬੰਦਗੀ ਦਾ ਅਹੰਕਾਰ ਨਾ ਕਰ ਲਿਓ ਬਿਲਕੁਲ ਅਹੰਕਾਰ ਨਾ ਕਰ ਲਿਓ ਰਾਵਣ ਤੋਂ ਵੱਧ ਕਿਹਦਾ ਸੀ ਤਪ ਬੰਦਗੀ ਰਾਵਣ ਤੋਂ ਇਸ ਧਰਤੀ ਤੇ ਕਿਸੇ ਦੀ ਵੱਧ ਨਹੀਂ ਸੀ ਪਰ ਅਹੰਕਾਰ ਕਰ ਬੈਠਾ ਰਾਮ ਦੀ ਪਤਨੀ ਦੇ ਪਿੱਛੇ ਰਾਮ ਜੀ ਦੇ ਬਸ ਕਾਮ ਪਿੱਛੇ ਔਰ ਰੂਪ ਪਿੱਛੇ ਹੋਇਆ ਕਿ ਗੁਰੂ ਸਾਹਿਬ ਕਹਿੰਦੇ ਭੂਲੋ ਰਾਵਣ ਮੁਗਧ ਅਚੇਤ ਚੇਤ ਮਨ ਸੀ ਬੰਦਗੀ ਕਰਦਾ ਰਿਹਾ ਸ਼ਿਵ ਦਾ ਭਗਤ ਸੀ ਪਰ ਰੂਪ ਵੇਖ ਕੇ ਭਰਮ ਗਿਆ ਅਚੇਤ ਹੋ ਗਿਆ ਮੁਗਧ ਕਹਿੰਦੇ ਮੂਰਖ ਬਣ ਗਿਆ ਲੁੱਟੀ ਲੰਕਾ ਸੀ ਸਮੇਤ ਉਹਦੀ ਲੰਕਾ ਵੀ ਲੁੱਟੀ ਗਈ ਤੇ ਉਹਦੇ ਸਿਰ ਵੀ ਕੱਟਿਆ ਗਿਆ ਸਿਰ ਵੀ ਗਿਆ ਉਹਦਾ ਗਰਭ ਗਿਆ ਬਿਨ ਸਤਿਗੁਰ ਹੇਤ ਪ੍ਰਭੂ ਦੇ ਪਿਆਰ ਤੋਂ ਬਿਨਾਂ ਹੰਕਾਰ ਇਹੋ ਜਿਹਾ ਮਾੜਾ ਕੰਮ ਕਰਾ ਦਿੰਦਾ ਹੈ ਪੁੱਛੋ ਵੀ ਨਾ ਜੀ ਸਹਸ ਬਾਹੋ ਮਦ ਕੀਟ ਮਹਿ ਖਾਸਾ ਹਰਨਾ ਖਸ਼ਲੇ ਨਖੋ ਬਿਦਾਸਾ ਦੈਤ ਸੰਘਾਰੇ ਬਿਨ ਭਗਤ ਅਭਿਆਸਾ ਇਹੀ ਹੈ ਸਹਸ ਬਾਹ ਹਜ਼ਾਰ ਬਾਹਾਂ ਵਾਲਾ ਦੈਂਤ ਸਹਸ ਕਹਿੰਦੇ ਹਜ਼ਾਰ ਮੁਦ ਕੀਟ ਵਿਸ਼ਨੂੰ ਜੀ ਦੇ ਕੰਨ ਦੀ ਮੈਲ ਦੇ ਵਿੱਚੋਂ ਇਹ ਦੋ ਪੈਦਾ ਹੋਏ ਸੀ ਦੈਂਤ ਮੁੱਧ ਤੇ ਕੀਟ ਮੈਂ ਖਾਸਾ ਜਿਹਦਾ ਪਸ਼ੂ ਦਾ ਮੂੰਹ ਲੱਗਿਆ ਹੋਇਆ ਸੀ ਕਹਿੰਦੇ ਇਹ ਸਾਰੇ ਹੀ ਦੈਂਤ ਸੀ ਇਹ ਗਰਭ ਕਰਕੇ ਹੀ ਮਾਰੇ ਗਏ ਕਿਵੇਂ ਮਾਰੇ ਗਏ ਜਿਸ ਤਰ੍ਹਾਂ ਹਰਨਾਕਸ਼ ਲੈ ਨਖੋਂ ਵਿਦਾਸਾ ਨਰਸਿੰਘਾਂ ਨੇ ਰੂਪ ਧਾਰ ਕੇ ਹਰਨਾਕਸ਼ ਨੂੰ ਮਾਰਿਆ ਦੈਂਤ ਸੰਘਾਰੇ ਬਿਨ ਭਗਤ ਅਭਿਆਸਾ ਜਿਹਦੇ ਕੋਲ ਭਗਤੀ ਨਹੀਂ ਹੈ ਜਿਹਦੇ ਕੋਲ ਸਿਮਰਨ ਦਾ ਅਭਿਆਸ ਨਹੀਂ ਹੈ ਇਹ ਮਾਇਆ ਦੈਂਤ ਬਣ ਕੇ ਆਉਂਦੀ ਹੈ ਇਹ ਚੁੜੈਲ ਬਣ ਕੇ ਆਉਂਦੀ ਹੈ ਇਹੋ ਜੇ ਕੰਮ ਕਰਾ ਲੈਂਦੀ ਹੈ ਆਪਣੀ ਹਉਮੈ ਆਪਣੇ ਕਰਮਾਂ ਕਰਕੇ ਬੰਦਾ ਤਬਾਹ ਹੋ ਜਾਂਦਾ ਹੈ ਜੀ ਜਰਾ ਸੰਦ ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇਮ ਬਿਦਾਰੇ ਦੈਤ ਸੰਘਾਰ ਸੰਤ ਨਿਸਤਾਰੇ ਜਰਾ ਸੰਦ ਕਾਲ ਜਮਨ ਸੰਘਾਰਾ ਇਹ ਵੀ ਦੈਂਤ ਹੋਏ ਨੇ ਸਾਰੇ ਇਹਨਾਂ ਦਾ ਵਿਵਾਹ ਪੈ ਗਿਆ ਸੀ ਦੇਵਤਿਆਂ ਨਾਲ ਜਿਸ ਵੇਲੇ ਇਹ ਅੰਮ੍ਰਿਤ ਕੱਢਿਆ ਗਿਆ ਜਿਹੜੇ ਇਹ ਸਮੁੰਦਰ ਰਿੜਕਿਆ ਗਿਆ ਹੁਣ ਇਹਨਾਂ ਨੂੰ ਭੁੱਖ ਪੈ ਗਈ ਰਤਨਾਂ ਦੀ ਇਹਨਾਂ ਨੂੰ ਸੰਘਾਰਿਆ ਜਰਾਸੰਧ ਨੂੰ ਸੰਘਾਰਿਆ ਕਾਲ ਜਮਨ ਨੂੰ ਸੰਘਾਰਿਆ ਰਕਤ ਬੀਜ ਕੌਣ ਸੀ ਇਹਦਾ ਦੁਰਗਾ ਦੇ ਨਾਲ ਵਿਵਾਹ ਪੈ ਗਿਆ ਸੀ ਇਹ ਵੀ ਮਿਥਿਹਾਸਕ ਕਹਾਣੀ ਹੈ ਹੁਣ ਰਕਤ ਬੀਜ ਨੂੰ ਇਹ ਮਿਲਿਆ ਹੋਇਆ ਸੀ ਵਰ ਕਿ ਜੇ ਕੋਈ ਇਹਨੂੰ ਮਾਰੇਗਾ ਜਿੱਥੇ ਇਹਦੇ ਖੂਨ ਦਾ ਇੱਕ ਤੁਬਕਾ ਵੀ ਗਿਰ ਗਿਆ ਉਹਦੇ ਤੋਂ ਹੀ ਇਹਦਾ ਹੋਰ ਪੈਦਾ ਹੋ ਜਾਏਗਾ ਦੁਰਗਾ ਇਹਨੂੰ ਮਾਰਨ ਆਉਂਦੀ ਸੀ
ਜਿੱਥੇ ਖੂਨ ਦੇ ਛਿੱਟੇ ਪੈਂਦੇ 10-100 ਹਜ਼ਾਰ ਰਕਤ ਬੀਜ ਹੋਰ, ਹੁਣ ਦੁਰਗਾ ਮਾਂ ਨੂੰ ਵੀ ਵਕਤ ਪੈ ਗਿਆ, ਮੈਂ ਕਿਹਨੂੰ ਕਿਹਨੂੰ ਮਾਰਾਂ। ਫਿਰ ਦੁਰਗਾ ਨੂੰ ਮਿਥਿਹਾਸਿਕ ਕਹਾਣੀ ਆਪਣੀ ਜੀਭ ਵਿੱਚੋਂ ਕਾਲੀ ਕੱਢੀ, ਹੁਣ ਜਿੱਥੇ ਇਹਦੀ ਬੂੰਦ ਡਿੱਗਦੀ ਸੀ ਤੇ ਕਾਲੀ ਮਾਂ ਉਹ ਚੱਟ ਲੈਂਦੀ ਸੀ ਆ ਕੇ। ਕਹਿੰਦੇ ਜੇ ਪ੍ਰਭੂ ਮਾਰਨ ਤੇ ਆਉਂਦਾ ਨਾ, ਜਿੰਨਾ ਮਰਜ਼ੀ ਬੰਦਾ ਹੋ ਜੇ ਸਿਆਣਾ, ਜਿੰਨੀ ਮਰਜ਼ੀ ਸਿਆਣਪ ਕਰ ਲਏ, ਜਿੰਨੇ ਮਰਜ਼ੀ ਰੂਪ ਵਟਾ ਲਏ, ਕਹਿੰਦੇ ਜੇ ਮਾਰਨ ਤੇ ਆਉਂਦਾ ਫਿਰ ਮਾਰ ਹੀ ਦਿੰਦਾ। ਰਕਤ ਬੀਜ ਕਾਲ ਨੇਮ ਬਿਦਾਰੇ, ਕਹਿੰਦੇ ਇਵੇਂ ਮਾਰਿਆ ਦੈਂਤ ਸੰਘਾਰ। ਸੰਤ ਨੇ ਸਾਰੇ ਜੇ ਗੁਰੂ ਦੇ ਸੰਤ ਨੇ ਉਹਨਾਂ ਨੂੰ ਤੇ ਅੱਗ ਵਿੱਚੋਂ ਵੀ ਕੱਢ ਲਿਆਂਦਾ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਉੱਥੋਂ ਵੀ ਕੱਢ ਕੇ ਲਿਆ ਹੁੰਦਾ। ਨਾਮ ਦੇ ਵਰਗੇ ਨੂੰ ਵੀ ਬਚਾ ਲੈਂਦਾ, ਪਰ ਜਿਹੜੇ ਦੈਂਤ ਨੇ ਉਹਨਾਂ ਨੂੰ ਮਾਰ ਕੇ ਹੀ ਰਹਿੰਦਾ ਹੈ ਜੀ। ਆਪੇ ਸਤਿਗੁਰ ਸ਼ਬਦ ਵਿਚਾਰੇ, ਦੂਜੇ ਪਾਏ ਦੈਂਤ ਸੰਘਾਰੇ, ਗੁਰਮੁਖ ਸਾਚੇ ਭਗਤ ਨਿਸਤਾਰੇ। ਆਪੇ ਸਤਿਗੁਰ ਸ਼ਬਦ ਵਿਚਾਰੇ, ਸਤਿਗੁਰ ਆਪ ਹੀ ਸ਼ਬਦ ਦੀ ਵਿਚਾਰ ਕਰਨ ਦੀ ਦਾਤ ਝੋਲੀ ਪਾਉਂਦਾ। ਸ਼ੁਕਰ ਕਰੀਏ ਆਪਾਂ, ਜਿੰਨਾ ਸ਼ੁਕਰ ਹੁੰਦਾ ਨਾ ਗੁਰੂ ਦਾ, ਇਹ ਸਾਰਿਆਂ ਦੀ ਝੋਲੀ ਨਹੀਂ ਪਿਆ। ਸੱਚ ਸੱਚੀ ਸਮੇਤ ਮੇਰੇ ਅਸੀਂ ਬੜੇ ਕਰਜ਼ਦਾਰ ਹਾਂ ਗੁਰੂ ਦੇ, ਕਿ ਗੁਰੂ ਨੇ ਇਸ ਜੀਵਨ 'ਚ, ਪਤਾ ਨਹੀਂ ਜੀਵਨ ਮਿਲੇ ਨਾ ਮਿਲੇ, ਜੀਵਨ ਜੇ ਮਿਲ ਜਾਏ ਇਹੋ ਜਿਹਾ ਸਮਾਂ ਕਿੱਥੇ ਮਿਲੇ ਨਾ ਮਿਲੇ, ਗੁਰੂ ਨੇ ਇਹ ਕਿਰਪਾ ਕੀਤੀ ਹੈ। ਆਪੇ ਸਤਿਗੁਰੂ ਸ਼ਬਦ ਵਿਚਾਰੇ, ਦਾਤ ਆਪ ਦਿੱਤੀ, ਦੂਜਾ ਭਾਏ ਦੈਂਤ ਸੰਘਾਰੇ। ਇੱਕ ਪਾਸੇ ਸੰਤਾਂ ਨੂੰ ਆਪਣੀ ਭਗਤੀ 'ਚ ਬਿਠਾਇਆ ਹੋਇਆ, ਇੱਕ ਪਾਸੇ ਜਿਹੜੇ ਦੈਂਤ ਹੈ ਉਹਨੂੰ ਸੰਘਾਰ ਰਿਹਾ। ਗੁਰਮੁਖ ਸਾਚ ਭਗਤ ਨਿਸਤਾਰੇ, ਜਿਹੜੇ ਭਗਤੀ ਕਰਦੇ ਨੇ ਉਹ ਗੁਰੂ ਦੇ ਸਨਮੁਖ ਬੈਠ ਕੇ ਨਿਸਤਰ ਜਾਂਦੇ, ਭਾਵ ਤਰ ਜਾਂਦੇ ਨੇ ਜੀ। ਬੁੱਢਾ ਦੁਰਜੋਧਨ ਪਤ ਖੋਈ, ਰਾਮ ਨਾ ਜਾਣਿਆ ਕਰਤਾ ਸੋਈ, ਜਨ ਕਾ ਦੁਖ ਪਚੈ ਦੁਖ ਹੋਈ। ਦੁਰਯੋਧਨ ਦੀ ਵੀ ਇਹੀ ਖੇਡ ਵਾਪਰੀ ਸੀ, ਪਾਂਡਵਾਂ ਦੇ ਨਾਲ ਲਾ ਬੈਠਾ ਬਾਜੀ, ਪਾਂਡਵ ਹਾਰੀ ਗਏ, ਪਾਂਡਵਾਂ ਦੀ ਦੌਲਤ ਵੀ, ਪਾਂਡਵਾਂ ਦੀ ਪੰਚਾਲੀ ਵੀ, ਸਭ ਕੁਝ ਕਬਜ਼ੇ 'ਚ ਕਰ ਲਈ, ਪਰ ਕਹਿੰਦੇ ਉਹਨੂੰ ਵੀ ਫਿਰ ਦੁੱਖ ਭੋਗਣਾ ਪਿਆ। ਬੁੱਢਾ ਦੁਰਯੋਧਨ ਪਤ ਖੋਈ, ਆਪਣੀ ਪੈਜ ਗਵਾ ਲਈ, ਕਿਉਂਕਿ ਦਰੋਪਦੀ ਨੇ ਫਿਰ ਕ੍ਰਿਸ਼ਨ ਦੀ ਭਗਤੀ ਕੀਤੀ, ਦਰੋਪਦੀ ਨੂੰ ਬਚਾ ਲਿਆ ਆ ਕੇ, ਪੰਚਾਲੀ ਨੂੰ ਬਚਾ ਲਿਆ। ਰਾਮ ਨਾ ਜਾਣਿਆ ਕਰਤਾ ਸੋਈ, ਜੂਆ ਹੀ ਖੇਡੀ ਆ। ਗੁਰੂ ਕੇ ਪਿਆਰਿਓ, ਜੇ ਜ਼ਿੰਦਗੀ ਨੂੰ ਇਕੱਲਾ ਜੂਆ ਬਣਾ ਦਾਂਗੇ ਤੇ ਸਾਡੀ ਵੀ ਹਾਲਤ ਇਹੀ ਹੋਏਗੀ। ਜਿਹਨੂੰ ਕੱਲ ਗੁਰੂ ਸਾਹਿਬ ਕਹਿੰਦੇ ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੈ ਨਾਮ ਵਿਸਾਰੀ। ਐਵੇਂ ਨਾ ਜੂਆ ਖੇਡ ਕੇ ਆਪਣੀ ਜ਼ਿੰਦਗੀ ਹਾਰੀਏ, ਜਨ ਕੋ ਦੁੱਖ ਪਚੈ ਦੁੱਖ ਹੋਈ। ਜਿਹੜਾ ਉਸ ਪ੍ਰਭੂ ਦੇ ਜਨ ਨੂੰ, ਕਿਉਂਕਿ ਉਸ ਵੇਲੇ ਦਰੋਪਦੀ ਪ੍ਰਭੂ ਨੂੰ ਚੇਤੇ ਕਰਨ ਲੱਗ ਗਈ ਸੀ ਨਾ, ਉਹਦੀ ਪੈਜ ਰੱਖੀ ਗਈ, ਕਹਿੰਦੇ ਇਸ ਤਰ੍ਹਾਂ ਜਿਹੜਾ ਪ੍ਰਭੂ ਨੂੰ ਚੇਤੇ ਕਰਦਾ ਉਹਦੇ ਉੱਤੇ ਕੋਈ ਹੱਥ ਪਾਉਂਦਾ ਨਾ, ਪ੍ਰਭੂ ਉਹਦੀ ਆਪ ਪੈਜ ਰੱਖਦਾ। ਪਚੈ ਪਚਾਉਣ ਵਾਲਾ, ਜਨ ਕੋ ਦੁੱਖ ਪਚੈ, ਜਿਹੜਾ ਜਨ ਨੂੰ ਦੁੱਖ ਪਹੁੰਚਾਉਂਦਾ ਹੈ, ਕਹਿੰਦੇ ਉਹਨੂੰ ਹੀ ਫਿਰ ਦੁੱਖ ਹੁੰਦਾ ਹੈ। ਦੁੱਖ ਹੋਈ ਜਨ ਲੈ ਜੈ ਗੁਰ ਸ਼ਬਦ ਨਾ ਜਾਣਿਆ, ਕਿਉਂ ਸੁਖ ਪਾਵੈ ਪਰਮ ਭੁਲਾਨਿਆ, ਇੱਕ ਤਿਲ ਭੁੱਲੇ ਬਹੁਰ ਪਛਤਾਨਿਆ। ਜਨ ਮੇਜ, ਇਹਦਾ ਵੀ ਮਿਥਿਹਾਸਕ ਕਹਾਣੀ ਮਿਲਦੀ ਹੈ ਗ੍ਰੰਥਾਂ ਦੇ ਵਿੱਚ, ਸ਼ਾਸਤਰਾਂ 'ਚ। ਇਹ ਵੀ ਗਰਭ ਦਾ ਅਡਿਆ ਰਿਹਾ ਬਹੁਤ ਸਾਰੀ ਜ਼ਿੰਦਗੀ, ਆਪਣੇ ਧਨ, ਆਪਣਾ ਅਹੰਕਾਰ, ਇਹਨੂੰ ਕੋੜ ਦੀ ਬਿਮਾਰੀ ਪੈ ਗਈ ਅਹੰਕਾਰ ਕਰਕੇ। ਫਿਰ ਇਹਨੂੰ ਬ੍ਰਾਹਮਣਾਂ ਨੇ ਕਿਹਾ ਕਿ ਤੂੰ ਵੇਦਾਂ ਦਾ, ਸ਼ਾਸਤਰਾਂ ਦਾ, ਮਹਾਭਾਰਤ ਦਾ ਪਾਠ ਸੁਣ, ਜਨ ਮੇਜਾ ਗੁਰ ਸ਼ਬਦ ਨਾ ਜਾਣਿਆ। ਹੁਣ ਸੁਣਦਾ ਰਿਹਾ, ਸੁਣਦਾ ਰਿਹਾ, ਸੁਣਦਾ ਰਿਹਾ, ਇੱਕ ਥਾਂ ਤੇ ਆ ਕੇ ਇਹਦਾ ਕੋੜ ਕੱਟਣਾ ਸ਼ੁਰੂ ਹੋ ਗਿਆ। ਸੁਣਦੇ 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 ਉਹ ਕੋੜ ਅੰਗੂਠੇ ਤੱਕ ਪਹੁੰਚਿਆ। ਜਦ ਇਹਨੇ ਵੇਦਾਂ ਦਾ, ਮਹਾਭਾਰਤ ਦਾ ਪਾਠ ਸੁਣਦਾ ਜਾ ਰਿਹਾ ਸੀ, ਇਹਦੇ ਮਨ 'ਚ ਸ਼ੰਕਾ ਆ ਗਿਆ ਕਿ ਰੱਬ ਇਵੇਂ ਵੀ ਕਰਾ ਦਿੰਦਾ, ਰੱਬ ਇਵੇਂ ਵੀ ਕਰਾ ਦਿੰਦਾ। ਉਹ ਇੱਕ ਹਾਥੀ ਵਾਲਾ ਪ੍ਰਸੰਗ ਸੀ, ਅਸਮਾਨ ਦੇ ਵਿੱਚ ਹਜੇ ਗੰਧਰਵ ਨਗਰੀ ਬਣੀ ਹੋਈ ਹੈ, ਹਾਥੀ ਘੋੜੇ ਉੱਥੇ ਤਰ ਰਹੇ ਨੇ, ਇਹ ਵੀ ਹੋ ਸਕਦਾ। ਬਸ ਉਹਦਾ ਕੋੜ ਅੰਗੂਠੇ ਤੇ ਰੁਕ ਗਿਆ, ਉਹ ਕਟਿਆ ਹੀ ਨਹੀਂ ਅੱਗੇ। ਬੜਾ ਪਛਤਾਇਆ ਕਿ ਮੈਂ ਸ਼ੰਕਾ ਕਿਉਂ ਕਰ ਲਈ, ਸ਼ਬਦ ਉੱਤੇ, ਗੁਰੂ ਦੇ ਗਿਆਨ ਉੱਤੇ। ਗੁਰੂ ਸਾਹਿਬ ਕਹਿੰਦੇ ਜਿਹੜਾ ਗੁਰੂ ਦੇ ਗਿਆਨ ਤੇ ਸ਼ੰਕਾ ਕਰਦਾ ਉਹ ਤਰਦਾ ਤਰਦਾ ਵੀ ਰਹਿ ਜਾਂਦਾ, ਤਰਨ ਲੱਗਦਾ ਫਿਰ ਉਹ ਇੱਕ ਕਦਮ ਮਾਇਆ ਪਿੱਛੇ ਪੱਟ ਲੈਂਦੀ ਹੈ। ਇਹਨੂੰ ਕਿਹਾ ਜਨ ਮੇਜਾ ਗੁਰ ਸ਼ਬਦ ਨਾ ਜਾਣਿਆ, ਕਿਉਂ ਸੁਖ ਪਾਵੈ ਭਰਮ ਭੁਲਾਣਿਆ। ਭਰਮ ਆ ਗਿਆ ਮਨ ਦੇ ਵਿੱਚ, ਇੱਕ ਤਿਲ ਭੂਲੇ ਬਹੁਰ ਪਛਤਾਣਿਆ, ਇੱਕ ਮਾੜਾ ਫੁਰਨਾ ਮਨ 'ਚ ਪੈਦਾ ਹੋਇਆ, ਵਾਰੋ ਵਾਰੀ ਸਾਰੀ ਜ਼ਿੰਦਗੀ ਪਛਤਾਉਣਾ ਪੈਂਦਾ ਹੈ ਜੀ। ਕੰਸ ਕੇਸ ਚਾਂਦੂਰ ਨਾ ਕੋਈ, ਰਾਮ ਨਾ ਚੀਨਿਆ ਆਪਣੀ ਪਤ ਖੋਈ,
ਬਿਨ ਜਗਦੀਸ਼ ਨਾ ਰੱਖੇ ਕੋਈ। ਹਾਂਜੀ, ਇਹਨੂੰ ਕੇਸੂ ਪੜ੍ਹਨਾ ਹੈ, ਅਸਲ ਚ ਇਹ ਕੇਸੁਰ ਹੈ, ਇਸ ਕਰਕੇ ਇਹਨੂੰ ਸਾਨੂੰ ਜਿਹੜਾ ਪਾਠ ਸਿਖਾਇਆ ਗਿਆ ਕੇਸੂ, ਥੋੜਾ ਜਿਹਾ ਟੱਚ ਕਰਕੇ। ਕੰਸ ਕ੍ਰਿਸ਼ਨ ਜੀ ਦਾ ਮਾਮਾ, ਬੜਾ ਹੀ ਡਾਢਾ ਚਲਾਕ ਸੀ, ਕਨਿੰਗ ਪਰਸਨੈਲਿਟੀ। ਕੇਸੂ ਉਹਦਾ ਹੀ ਨਾਲ ਦਾ ਸਾਥੀ ਸੀ, ਕੇਸੁਰ ਉਹਦਾ ਨਾਂ ਸੀ, ਤੇ ਚਾਂਡੂਰ ਉਹਦਾ ਭਲਵਾਨ ਸੀ, ਉਹਦਾ ਬੋਡੀਗਾਰਡ। ਇਹਨਾਂ ਤਿੰਨਾਂ ਨੇ ਕ੍ਰਿਸ਼ਨ ਜੀ ਤੇ ਹਮਲਾ ਕੀਤਾ, ਪਰ ਕ੍ਰਿਸ਼ਨ ਜੀ ਕੋਲ ਬੰਦਗੀ ਸੀ, ਉਹਨਾਂ ਕੋਲ ਕਲਾਵਾਂ ਸੀ ਪ੍ਰਭੂ ਦੀਆਂ। ਕੰਸ ਕੇਸ ਚਾਂਡੂਰ ਨਾ ਕੋਈ, ਕਹਿੰਦੇ ਉਹਦੇ ਪ੍ਰਭੂ ਦੀ ਬੰਦਗੀ ਅੱਗੇ ਇਹ ਖੜ ਨਾ ਸਕੇ। ਗੁਰੂ ਸਾਹਿਬ ਇਹ ਸਮਝਾਉਣਾ ਚਾਹੁੰਦੇ, ਜਿੰਨੀ ਮਰਜ਼ੀ ਚਲਾਕੀ ਹੋਏ, ਕੰਸ ਵਰਗੇ ਚਲਾਕ ਹੋ ਜਾਈਏ ਅਸੀਂ, ਵੱਡੀ ਤੋਂ ਵੱਡੀ ਦੁਨੀਆਂ ਦੀ ਬਾਜੀ ਜਿੱਤ ਲਈਏ ਅਸੀਂ, ਪਰ ਇਹ ਚਲਾਕੀ ਇੱਥੇ ਨਹੀਂ ਚੱਲਣੀ ਪਾਈ। ਬੰਦਗੀ ਅੱਗੇ ਇਹ ਚਲਾਕੀ ਬਿਲਕੁਲ ਠੁੱਸ ਹੈ, ਜਿਹਨੂੰ ਆਪਾਂ ਲਫ਼ਜ਼ ਵਰਤਦੇ ਹਾਂ। ਕਹਿੰਦੇ ਇਹ ਚਲਾਕੀ, ਗੁਰੂ ਨਾਨਕ ਸਾਹਿਬ ਕਹਿੰਦੇ ਇਹਨਾਂ ਲੋਕਾਂ ਨੇ ਵੀ ਕੀਤੀ, ਇਹਨਾਂ ਦਾ ਵੀ ਕੋਈ ਨਾਮ ਨਹੀਂ, ਨਾਮੋ ਨਿਸ਼ਾਨ ਨਹੀਂ। ਗੁਰੂ ਸਾਹਿਬ ਅੱਗੇ ਕਹਿੰਦੇ, ਰਾਮ ਨਾ ਚੀਨਿਆ ਆਪਣੀ ਪਤ ਖੋਈ, ਪ੍ਰਭੂ ਦੀ ਬੰਦਗੀ ਨਹੀਂ ਕੀਤੀ, ਚਲਾਕੀ ਕੀਤੀ ਸਾਰੀ ਜ਼ਿੰਦਗੀ, ਪਤ ਗਵਾਲੀ ਬਿਨ ਜਗਦੀਸ਼ ਨਾ ਰੱਖਿਆ ਕੋਈ। ਜਿੰਨੇ ਰੱਖਣਾ ਸੀ ਉਹਦੇ ਹੀ ਹੱਥੋਂ ਮਰ ਗਿਆ ਜੀ, ਉਸ ਤੋਂ ਬਿਨਾਂ ਹੋਰ ਕਿੰਨੇ ਪੈਜ ਰੱਖਣੀ ਜੀ। ਬਿਨ ਗੁਰ ਗਰਬ ਨਾ ਮਿਟਿਆ ਜਾਏ, ਗੁਰਮਤ ਧਰਮ ਧੀਰਜ ਹਰ ਨਾਏ, ਨਾਨਕ ਨਾਮ ਮਿਲੇ ਗੁਣ ਗਾਏ। ਭਾਈ ਇਹ ਉੱਤੇ ਦੇ ਜਿੰਨੇ ਉਦਾਹਰਣ ਸੀ ਨਾ, ਗੁਰੂ ਸਾਹਿਬ ਨੇ ਮਿਥਿਹਾਸਕ ਉਦਾਹਰਣ ਇਸ ਲਈ ਦਿੱਤੇ ਨੇ, ਇਹ ਤੇ ਵੱਡੇ ਵੱਡੇ ਹੋਏ ਨੇ, ਦੁਨੀਆਂ ਦੇ ਲੋਕ ਇਹਨਾਂ ਨੂੰ ਪੂਜਦੇ ਨੇ, ਦੇਵ ਕਰਕੇ ਮੰਨਦੇ ਨੇ। ਕਹਿੰਦੇ ਇਹਨਾਂ ਦੀ ਵੀ ਪੈਦ ਨਹੀਂ ਰਹੀ, ਬ੍ਰਹਮੇ ਵਰਗੇ ਵੀ ਡੋਲੇ ਨੇ ਇਸ ਧਰਤੀ ਤੇ। ਭਾਈ ਤੁਸੀਂ ਕਾਹਦੇ, ਅਸੀਂ ਕਾਹਦੇ ਹੈਗੇ ਹਾਂ? ਗਰਵ ਸਾਨੂੰ ਕੁਝ ਨਹੀਂ ਸਮਝਦਾ, ਅਹੰਕਾਰ ਸਾਨੂੰ ਡੋਬ ਕੇ ਰੱਖ ਦੇਗਾ, ਚਲਾਕੀ ਡੋਬ ਕੇ ਰੱਖ ਦੇਗੀ, ਸਿਆਣਪਾਂ ਡੋਬ ਕੇ ਰੱਖ ਦੇਗੀ। ਪਰ ਇਹ ਹੈ, ਜਿੰਨਾ ਕੁਛ ਵੀ ਹੋਏ ਗੁਰੂ ਤੋਂ ਬੇਮੁਖ ਨਾ ਹੋਈ। ਜੇ ਗੁਰੂ ਨੂੰ ਵਿਸਾਰ ਦਾਂਗੇ ਤੇ ਫਿਰ ਕੋਈ ਬਾਂਹ ਫੜਨ ਵਾਲਾ ਨਹੀਂ ਹੈ। ਬਿਨ ਗੁਰ ਗਰਬ ਨਾ ਮਿਟਿਆ ਜਾਏ, ਗਰਬ ਨਹੀਂ, ਅਹੰਕਾਰ ਕੋਈ ਨਹੀਂ ਮਿਟਾ ਸਕਦਾ। ਗੁਰਮਤ ਧਰਮ ਧੀਰਜ ਹਰ ਨਾਏ, ਜਿਹੜੀ ਗੁਰੂ ਦੀ ਮੱਤ ਤੇ ਤੁਰਦਾ ਉਹਨੂੰ ਧਰਮ ਵੀ ਮਿਲਦਾ, ਉਹਨੂੰ ਧੀਰਜ ਵੀ ਮਿਲਦਾ, ਤੇ ਪ੍ਰਭੂ ਦਾ ਨਾਏ ਨਾਮ ਵੀ ਮਿਲਦਾ ਹੈ। ਨਾਨਕ ਨਾਮ ਮਿਲੇ ਗੁਣ ਗਾਏ, ਜੇ ਨਾਮ ਹੈ ਤੇ ਗੁਣ ਗਾਏ ਜਾਣਗੇ, ਨਹੀਂ ਤੇ ਬਦ ਫੈਲੀਆਂ ਵਿਕਾਰ ਹੋਮੇ ਹੀ ਹੋਏਗੀ ਜੀ। ਗੌੜੀ ਮਹਿਲਾ ਪਹਿਲਾ, ਚੋਆ ਚੰਦਨ ਅੰਕ ਚੜਾਰੂ, ਪਾਠ ਪਤੰਬਰ ਪੈਰ ਹੰਡਾਵੂ, ਬਿਨ ਹਰ ਨਾਮ ਕਹਾ ਸੁਖ ਪਾਵੂ। ਇਹ ਜਿਹੜਾ ਪਿਛਲੇ ਦਿਨਾਂ ਦੀ ਵਿਚਾਰਾਂ 'ਚ ਅਸੀਂ ਪਰਸੋਂ ਕੱਲ ਦੀ ਹੀ ਵਿਚਾਰ ਕੀਤੀ ਕਿ ਜਿਹੜਾ ਮਾਇਆ ਨੂੰ ਹੀ ਰੱਬ ਮੰਨ ਲੈਂਦਾ ਹੈ ਨਾ, ਕਹਿੰਦੇ ਉਹਦਾ ਹਾਲ ਕੀ ਹੁੰਦਾ ਹੈ? ਉਸੀ ਪ੍ਰਥਾਏ ਇਹ ਸ਼ਬਦ ਗੁਰੂ ਸਾਹਿਬ ਉੱਤਰ ਦਿੰਦੇ। ਗੌੜੀ ਮਹੱਲਾ ਪਹਿਲਾ, ਚੂਆ ਚੰਦਨ ਅੰਕ, ਅੰਕ ਕਹਿੰਦੇ ਸਰੀਰ, ਕੱਪੜਿਆਂ ਦੇ ਉੱਤੇ ਅਸੀਂ ਬੜੇ ਪਰਫਿਊਮਸ, ਬੜੀ ਫ੍ਰੈਗਰੈਂਸਿਸ, ਬੜਾ ਸੋਹਣਾ ਆਪਣਾ ਹਾਰ ਸ਼ਿੰਗਾਰ ਬਣਾ ਕੇ ਤੁਰਦੇ ਹਾਂ। ਚੂਆ ਚੰਦਨ ਅੰਕ ਚੜਾਵੋ, ਬੜਾ ਕੁਛ। ਪਾਠ ਪਟੰਬਰ ਰੇਸ਼ਮ, ਪਾਠ ਕਹਿੰਦੇ ਰੇਸ਼ਮ, ਜਿਨ ਪਟ ਅੰਦਰ ਬਾਹਰ ਗੁੱਦੜ, ਰੇਸ਼ਮ ਦੇ ਕੱਪੜੇ ਪਾਉਂਦੇ ਹਾਂ। ਪਾਠ ਪਟੰਬਰ ਪਹਿਰ ਹੰਡਾਵੋ, ਦਿਨ ਰਾਤ ਹੰਡਾਉਂਦੇ ਹਾਂ ਕੱਪੜਿਆਂ ਨੂੰ। ਪਰ ਗੁਰੂ ਸਾਹਿਬ ਕਹਿੰਦੇ ਬਿਨ ਹਰ ਨਾਮ ਕਹਾਂ ਸੁਖ ਪਾਵੋ। ਖੁਸ਼ਬੂਆਂ ਨੇ, ਬਾਹਰ ਦੇ ਇੱਤਰ ਫਲੇਲਾਂ ਨੇ ਜਾਂ ਕੱਪੜਿਆਂ ਨੇ ਸੁੱਖ ਨਹੀਂ ਦੇਣੇ ਭਾਈ। ਦੁੱਖ ਦੇ ਅੰਦਰ ਉਸੀ ਤਰ੍ਹਾਂ ਚਿੰਤਾ ਦੇ ਅੰਦਰ ਚਲੀ ਹੋਈ ਆ, ਭਾਵੇਂ ਰੇਸ਼ਮ ਦੇ ਬਾਹਰੋਂ ਕੱਪੜੇ ਪਾ ਲਈਏ, ਨਾਮ ਹੀ ਅੰਦਰੋਂ ਰੇਸ਼ਮ ਕਰੇਗਾ ਜੀ। ਕਿਆ ਪਹਿਰੋਂ ਕਿਆ ਓੜ ਦਿਖਾਵੋ, ਬਿਨ ਜਗਦੀਸ਼ ਕਹਾਂ ਸੁਖ ਪਾਵੋ ਰਹਾਓ। ਭਾਈ ਜੇ ਅੰਦਰ ਦੁੱਖ ਹੈ ਨਾ, ਜਿੰਨੇ ਮਰਜ਼ੀ ਤਿਆਰ ਹੋ ਜਾਈਏ, ਜਿੰਨੇ ਮਰਜ਼ੀ, ਇਹ ਨਹੀਂ ਕਿ ਗੁਰੂ ਸਾਹਿਬ ਮਨਾ ਕਰਦੇ ਆ, ਵੱਧ ਤੋਂ ਵੱਧ ਸੋਹਣਾ ਸਭ ਕੁਛ ਗੁਰੂ ਸਾਹਿਬ ਨੇ ਕਿਹਾ, ਸਭ ਕੁਛ ਹੰਡਾਉਣਾ ਹੈ ਗੁਰੂ ਕੇ ਸਿੱਖ ਨੇ। ਪਰ ਕਹਿੰਦੇ ਕਿ ਬਾਹਰੋਂ ਜਿੰਨਾ ਮਰਜ਼ੀ ਚਮਕਾ ਲਈਏ, ਪਰ ਜੇ ਕੋਈ ਨਾਲ ਬੈਠੇਗਾ, ਦੋ ਘੜੀ ਬੋਲੇਗਾ ਨਾ, ਸਾਡੇ ਅੰਦਰੋਂ ਦੁੱਖ ਤੇ ਵਿਕਾਰ ਨਿਕਲਣੇ ਸ਼ੁਰੂ ਹੋ ਜਾਣ। ਬਾਹਰੋਂ ਤੇ ਬੜੇ ਅਸੀਂ ਚਮਕ ਕੇ ਰਹਿੰਦੇ ਹਾਂ, ਪਰ ਮੂੰਹ ਖੁੱਲਦਾ ਹੈ ਸਾਡਾ ਤੇ ਅੰਦਰੋਂ ਦੁੱਖ ਨਿਕਲਣੇ ਸ਼ੁਰੂ ਹੋ ਜਾਂਦੇ, ਕਿਉਂਕਿ ਨਾਮ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਮੈਨੂੰ ਇਹ ਚੀਜ਼ ਚੰਗਾ ਲੱਗਦਾ ਕਿ ਮੇਰੇ ਸਿੱਖ ਕੋਲ ਬਾਹਰੋਂ ਤੇ ਸਾਰੇ ਸਹੂਲਤਾਂ ਸੁੱਖ ਹੋਣ, ਪਰ ਅੰਦਰੋਂ ਨਾਮ ਨਾ ਹੋਏ। ਗੁਰੂ ਸਾਹਿਬ ਕਹਿੰਦੇ ਕਿਆ ਪਹਿਰੋਂ ਕਿਆ ਓਡ ਦਿਖਾਵੋ, ਕੀ ਓਡਣਾ, ਕੀ ਸ਼ਮਿਆਨੇ, ਕੀ ਉੱਤੇ ਕੱਪੜੇ, ਕੀ ਕੀ ਪਹਿਨਣਾ। ਕਹਿੰਦੇ ਠੀਕ ਹੈ, ਕਹਿੰਦੇ ਅੰਦਰ ਵੀ ਤੇ ਪ੍ਰੇਮ ਪਟੋਲਾ ਤਹਿਸ਼ਾ ਦਿੱਤਾ ਢੱਕਣ ਕੂ, ਪਤ ਮੇਰੀ ਹਰ ਪ੍ਰਭ ਮੇਰੇ ਬਾਬਲਾ ਦੀਜੈ ਦਾਨ ਮੈਂ ਦਾਜੋ।
ਕਹਿੰਦੇ ਇਹ ਵਾਲਾ ਦਾਨ ਤੇ ਲਿਆ ਹੀ ਨਹੀਂ, ਬਿਨ ਜਗਦੀਸ਼ ਕਹਾਂ ਸੁਖ ਪਾਵੋ, ਸੁਖ ਨਹੀਂ ਹੈ ਜੀ ਪ੍ਰਭੂ ਤੋਂ ਬਿਨਾ ਰਹਾਉ। ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਲਾਲ ਨਿਹਾਲੀ ਫੂਲ ਗੁਲਾਲਾ, ਬਿਨ ਜਗਦੀਸ਼ ਕਹਾਂ ਸੁਖ ਪਾਲਾ। ਕੰਨਾਂ ਚ ਕੁੰਡਲ ਪਾ ਲੇ, ਗਲ ਚ ਮੋਤੀਆਂ ਕੀ ਮਾਲਾ, ਮੋਤੀਆਂ ਦੀ ਮਾਲਾ ਵੀ ਪਾ ਲਈ, ਲਾਲ ਨਿਹਾਲੀ, ਨਿਹਾਲੀ ਵੈਸੇ ਸੇਜ ਨੂੰ ਕਿਹਾ, ਤਲਾਈ ਨੂੰ ਵੀ ਕਹਿੰਦੇ ਆ, ਪਰ ਇੱਥੇ ਅਰਥ ਇਹ ਵੀ ਬਣਦੇ ਆ, ਫੁੱਲ ਗੁਲਾਲਾ ਕੱਪੜੇ ਉੱਤੇ ਪਾ ਲਏ, ਫੁੱਲ ਤੇ ਗੁਲਾਲ ਵਰਗੇ ਲਾਲ ਰੰਗ ਦੇ। ਪਰ ਗੁਰੂ ਸਾਹਿਬ ਕਹਿੰਦੇ ਬਿਨ ਜਗਦੀਸ਼ ਕਹਾਂ ਸੁਖ ਪਾਲਾ, ਬਾਹਰ ਦੇ ਰੰਗਾਂ ਤੋਂ ਅੰਦਰ ਦੇ ਰੰਗ ਦਾ ਬਿਲਕੁਲ ਮਿਲਾਪ ਨਹੀਂ ਹੈ, ਅੰਦਰ ਤੇ ਕਾਲਾ ਸ਼ਾਹ ਹੋਇਆ ਹੋਇਆ, ਇਸ ਮਨ ਨੂੰ ਮੈਲ ਲੱਗੀ ਹੋਈ ਹੈ, ਬਾਹਰ ਭਾਵੇਂ ਜਿੰਨੇ ਸ਼ਿੰਗਾਰ ਕਰ ਲਈਏ ਭਾਈ, ਅੰਦਰ ਨਾਮ ਵੀ ਜ਼ਰੂਰੀ ਹੈ। ਮੈਂ ਸਲੋਨੀ ਸੁੰਦਰ ਨਾਰੀ, ਖੋੜ ਸ਼ਿੰਗਾਰ ਕਰੇ ਅਤ ਪਿਆਰੀ, ਬਿਨ ਜਗਦੀਸ਼ ਭਜੇ ਨਿਤ ਕੁਆਰੀ। ਦਿਸ ਇਜ਼ ਫੋਰ ਬੋਥ ਹਸਬੈਂਡ ਐਂਡ ਵਾਈਫ। ਘਰ ਦੇ ਵਿੱਚ ਨੈਣ ਸਲੋਨੀ ਸੁੰਦਰ ਨਾਰੀ, ਬਹੁਤੀ ਸੋਹਣੀ ਹੈ, ਨੈਣ ਤੋਂ ਵੀ ਸੁੰਦਰ ਨੇ। ਖੋੜ, ਖੋੜ ਕਹਿੰਦੇ 16 ਸ਼ਿੰਗਾਰ, ਖੋੜ ਸ਼ਿੰਗਾਰ ਕਰੇ ਅਤ ਪਿਆਰੀ, ਬੜੀ ਪਿਆਰੀ ਲੱਗਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਜੇ ਘਰ 'ਚ ਬੰਦਗੀ ਨਹੀਂ ਨਾ, ਬਿਨ ਜਗਦੀਸ਼ ਭਜੈ ਨਿਤ ਖੁਆਰੀ, ਨਿਤਾ ਪ੍ਰਤੀ ਦੋਨੋਂ ਜੀ ਖੁਆਰ ਹੀ ਹੋਣਗੇ ਜੀ। ਦਰ ਕਰ ਮਹਿਲਾ ਸੇਜ ਸੁਖਾਲੀ, ਅਹਿਨਿਸ ਫੂਲ ਵਿਛਾਵੇ ਮਾਲੀ, ਬਿਨ ਹਰ ਨਾਮ ਸੋ ਦੇਹ ਦੁਖਾਲੀ। ਘਰ ਤੇ ਦਰ, ਇੱਥੇ ਦਰ ਘਰ ਦੋਨੋਂ ਕਿਹਾ, ਦਰਵਾਜ਼ਿਆਂ ਤੇ ਵੀ ਨੌਕਰ ਖੜੇ ਨੇ, ਦਰਬਾਨ ਖੜੇ ਨੇ। ਦਰ ਘਰ ਮਹਿਲਾਂ ਸੇਜ ਸੁਖਾਲੀ, ਸੋਹਣੀਆਂ ਸੇਜਾਂ ਨੇ ਘਰ ਦੇ ਵਿੱਚ। ਗੁਰੂ ਸਾਹਿਬ ਅੱਗੇ ਕਹਿੰਦੇ ਕਿ ਉਹਨਾਂ ਸੇਜਾਂ ਦੇ ਉੱਤੇ ਅਹਿਨਿਸ ਰਾਤ ਦਿਨ ਫੂਲ ਵਿਛਾਵੇ ਮਾਲੀ, ਸੇਜਾਂ ਤੇ ਵੀ ਤੇ ਤੁਹਾਡੇ ਰਸਤਿਆਂ ਤੇ ਵੀ, ਤੁਰੇ ਜਾਂਦਿਆਂ ਤੇ ਵੀ ਮਾਲੀ ਫੁੱਲ ਵਿਛਾਵਣ, ਫੁੱਲਾਂ ਦੀ ਵਰਖਾ ਹੋਏ। ਗੁਰੂ ਸਾਹਿਬ ਕਹਿੰਦੇ ਬਿਨ ਹਰ ਨਾਮ ਸੋ ਦੇਹ ਦੁਖਾਲੀ, ਕਹਿੰਦੇ ਨਾਮ ਤੋਂ ਬਿਨਾਂ ਇਹ ਚੀਜ਼ਾਂ ਦੁੱਖ ਹੀ ਦਿੰਦੀਆਂ ਨੇ ਜੀ। ਗੈਵਰ ਗੈਵਰ ਨਿਜੇ ਵਾਜੇ, ਲਸ਼ਕਰ ਮੇਦਖ ਵਾਸੀ ਪਾਜੇ, ਬਿਨ ਜਗਦੀਸ਼ ਝੂਠੇ ਦਰਵਾਜੇ। ਸਵਾਰੀਆਂ ਹੋਣ ਘਰ ਦੇ ਵਿੱਚ, ਹੈਵਰ 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 ਘੋੜੇ ਨੇ, ਗੈਵਰ ਗਜਵਰ ਹਾਥੀ, ਅੱਜ ਦੀਆਂ ਸਵਾਰੀਆਂ, ਨੇਜੇ ਵਾਜੇ ਬੜਾ ਪ੍ਰਪੰਚ ਹੋਏ, ਬੜਾ ਕੁਛ ਅੱਗੇ ਪਿੱਛੇ ਨੂੰ ਨੌਕਰ ਹੋਣ, ਲਸ਼ਕਰ ਨੇਬ ਖਵਾਸੀ ਪਾਜੇ, ਪਾਜੇ ਕਹਿੰਦੇ ਸਾਡੀ ਤੂਤੀ ਬੋਲਦੀ ਹੋਏ, ਸਾਡਾ ਇੰਨਾ ਨਾਮ ਹੋਏ, ਇਹ ਵੀ ਹੋਏ, ਲਸ਼ਕਰ ਵੀ ਫੌਜਾਂ ਵੀ ਹੋਣ, ਨੇਬ ਖਵਾਸੀ ਵੀ ਹੋਏ, ਨੌਕਰ ਚਾਕਰ ਵੀ ਹੋਣ। ਪਰ ਗੁਰੂ ਸਾਹਿਬ ਕਹਿੰਦੇ ਨਾਮ ਨਹੀਂ ਹੈ ਭਾਈ, ਬੰਦਗੀ ਨਹੀਂ ਹੈ, ਸਿਮਰਨ ਨਹੀਂ ਹੈ, ਬਿਨ ਜਗਦੀਸ਼ ਝੂਠੇ ਦਿਵਾਜੇ। ਇਹ ਦਿੱਖ ਸਾਰੀਆਂ ਫਨਾ ਹੋਣ ਵਾਲੀਆਂ ਨੇ ਜੀ। ਸਿੱਧ ਕਹਾਵੋ ਰਿੰਦ ਸਿੱਧ ਬੁਲਾਵੋ, ਤਾਜ ਕੁਲੈ ਸਿਰ ਛਤਰ ਬਣਾਵੋ, ਬਿਨ ਜਗਦੀਸ਼ ਕਹਾਂ ਸੱਚ ਪਾਵੋ। ਜਿੰਨਾ ਮਰਜ਼ੀ ਬਾਹਰ ਦਾ ਦਿਖਾਵਾ ਹੋ ਜਾਏ, ਸਿੱਧ ਕਹਾਵੋ, ਆਪਣੇ ਆਪ ਨੂੰ ਸਿੱਧ ਕਹਾਉਣ ਲੱਗ ਜਾ, ਰਿੱਧ ਸਿੱਧ ਬੁਲਾਵੋ, ਰਿੱਧੀਆਂ ਸਿੱਧੀਆਂ ਆਪਣੇ ਬੂਹੇ ਤੇ ਬੁਲਾ ਲਾਂ, ਬਿਠਾ ਲਾਂ ਰਿੱਧੀਆਂ ਸਿੱਧੀਆਂ ਇਕੱਠੀ ਕਰਕੇ, ਭਾਵ ਰਿੱਧੀਆਂ ਸਿੱਧੀਆਂ ਕਰਨ ਵਾਲੇ ਬੰਦੇ ਮੇਰੇ ਸਾਹਮਣੇ ਬੈਠ ਜਾਣ, ਇੰਨੀ ਮੇਰੀ ਉਸਤਤ ਕਰਨ। ਤਾਜ ਕੁਲਹਿ, ਕੁਲਹਿ ਕਹਿੰਦੇ ਟੋਪ, ਸਿਰ ਦੇ ਉੱਤੇ ਤਾਜ ਬਣਾ ਕੇ ਮੈਂ ਸਿਰ ਤੇ ਰੱਖ ਲਾਂ, ਤਾਜ ਕੁਲਹਿ ਸਿਰ ਛੱਤਰ ਬਣਾਵੋ, ਛੱਤਰ ਝੂਲਦੇ ਹੋਣ। ਗੁਰੂ ਸਾਹਿਬ ਕਹਿੰਦੇ ਬਿਨ ਜਗਦੀਸ਼ ਕਹਾਂ ਸੱਚ ਪਾਓ। ਇਹ ਮਾਇਆ ਬਾਹਰ ਦੀ ਦਿਖਦੀ ਤੇ ਹੋ ਸਕਦੀ ਹੈ, ਪਰ ਜਿਹੜੀ ਅੰਦਰ ਚਿੰਤਾ ਚੱਲ ਰਹੀ ਹੈ, ਜਿਹੜਾ ਚਿੰਤਾ ਰੋਗ ਹੈ, ਉਹਦਾ ਇਲਾਜ ਨਹੀਂ ਕੀਤਾ ਜੀ। ਖਾਨ ਮਲੂਕ ਕਹਾਵੋ ਰਾਜਾ, ਅਬੇ ਤਦੇ ਕੂੜੇ ਹੈ ਪਾਜਾ, ਬਿਨ ਗੁਰ ਸ਼ਬਦ ਨ ਸਭ ਰਸ ਕਾਜਾ। ਖਾਨ ਆਪਣੇ ਆਪ ਨੂੰ ਵੱਡਾ ਕਹਾਵਾਂ, ਮਲੂਕ ਕਹਿੰਦੇ ਚੌਧਰੀ, ਖਾਨ ਮਲੂਕ ਕਹਾਵੋ ਰਾਜਾ, ਵੱਡਾ ਕੁਝ ਕਹਾਵਾਂ, ਅਬੇ ਤਬੇ, ਅਬੇ ਕਹਿੰਦੇ ਓਏ, ਅਬੇ ਤੋਏ, ਓਏ ਇਵੇਂ ਕਰਕੇ ਬੁਲਾਉਣਾ ਆਪਣੇ ਨੌਕਰਾਂ ਚਾਕਰਾਂ ਲੋਕਾਂ ਨੂੰ, ਅਬੇ ਤਬੇ ਕੂੜੇ ਹੈ ਪਾਜਾ, ਇਸ ਤਰ੍ਹਾਂ ਵੀ ਕਰਨਾ, ਕਹਿੰਦੇ ਸਭ ਝੂਠ ਹੈ ਭਾਈ, ਕਿੰਨਾ ਕਿੰਨਾ ਉੱਤੇ ਰੋਬ ਝਾੜਨਾ, ਬਿਨ ਗੁਰ ਸ਼ਬਦ ਨਾ ਸਵਰਸ ਕਾਜਾ। ਇਹ ਦੁਨੀਆਂ ਦੇ ਨੌਕਰ ਚਾਕਰ ਕਿਹੜੇ ਕੰਮ ਸਵਾਰਨਗੇ, ਅਸਲ ਕੰਮ ਤੇ ਸ਼ਬਦ ਨੇ ਸਵਾਰਨਾ ਸੀ, ਉਹ ਤੇ ਹਿਰਦੇ ਚ ਵਸਾਇਆ ਨੀ ਜੀ। ਹਉਮੈ ਮਮਤਾ ਗੁਰ ਸ਼ਬਦ ਵਿਸਾਰੀ, ਗੁਰਮਤਿ ਜਾਣਿਆ ਹਿਰਦੈ ਮੁਰਾਰੀ,
प्रणवत नानक शरण तुम्हारी। सारा परपंच वखरे वखरे तरह दा वखरे वखरे पर्सनालिटीज वखरे वखरे टू एग्जिबिट द पोजेशंस ऑफ द वर्डली मैटरलिस्टिक ऑल काइंड्स ऑफ थिंग्स जिन्ना भी साडे कोल वर्डली पोजेशंस है अमीरी है ਉਹਦਾ ਸਾਰਿਆਂ ਦਾ ਜ਼ਿਕਰ ਕਰਕੇ ਗੁਰੂ ਸਾਹਿਬ ਅੰਤ ਦੇ ਵਿੱਚ ਕਹਿੰਦੇ ਹਉ ਮੈਂ ਮਮਤਾ ਗੁਰ ਸ਼ਬਦ ਵਿਸਾਰੀ। ਹਉ ਮੈਂ ਤੇ ਮਮਤਾ ਇਹ ਜਿਹੜਾ ਝੂਠਾ ਪਸਾਰਾ ਹੈ ਸ਼ਬਦ ਦੇ ਚੇਤੇ ਕਰਨ ਨਾਲ ਸ਼ਬਦ ਗੁਰੂ ਨੂੰ ਹਿਰਦੇ ਵਿੱਚ ਧਿਆਉਣ ਨਾਲ ਇਹ ਹੌਲੀ ਹੌਲੀ ਇਹਦਾ ਬਾਹਰ ਦਾ ਝੂਠਾ ਪਸਾਰਾ ਵਿਸਰਨਾ ਸ਼ੁਰੂ ਹੁੰਦਾ ਹੈ। ਗੁਰਮਤਿ ਜਾਣਿਆ ਹਿਰਦੈ ਮੁਰਾਰੀ ਗੁਰੂ ਦੀ ਮਤ ਲੈ ਕੇ ਗੁਰੂ ਦੇ ਸਨਮੁਖ ਬੈਠ ਕੇ ਹਿਰਦੇ ਵਿੱਚ ਮੁਰਾਰੀ ਪ੍ਰਭੂ ਵਸਦਾ ਹੈ। ਪ੍ਰਣਵਤ ਨਾਨਕ ਸ਼ਰਨ ਤੁਮਾਰੀ ਇਹ ਸਾਰੀ ਸ਼ਰਨ ਜਿਹੜੀਆਂ ਬਾਹਰ ਦੀਆਂ ਇਹ ਸਭ ਝੂਠੀਆਂ ਨੇ ਮੈਂ ਇੱਕ ਅਟਲ ਸ਼ਰਨ ਦੇ ਵਿੱਚ ਤੁਹਾਡੀ ਸ਼ਰਨ ਤੱਕਦਾ ਹਾਂ ਉਹ ਤੁਹਾਡੀ ਸੰਗਤ 'ਚ ਹੀ ਹੈ ਜੀ। ਗੌੜੀ ਮਹਿਲਾ ਪਹਿਲਾ ਸੇਵਾ ਏਕ ਨ ਜਾਣਸ ਅਵਰੇ ਪਰਪੰਚ ਦਿਆਦ ਤਿਆਗੈ ਕਵਰੇ ਭਾਏ ਮਿਲੈ ਸੱਚ 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 ਰੇ। ਗੌੜੀ ਮਹੱਲਾ ਪਹਿਲਾ ਹੁਣ ਜਿਹੜਾ ਇਸ ਮਾਰਗ ਤੇ ਤੁਰ ਪਿਆ ਸ਼ਬਦ ਵਾਲੇ ਮਾਰਗ ਤੇ ਬਾਹਰੋਂ ਸਭ ਕੁਛ ਹੈ। ਗੁਰੂ ਸਾਹਿਬ ਕਹਿੰਦੇ ਬਾਹਰੋਂ ਘੱਟ ਨਹੀਂ ਹੈ ਬਾਹਰੋਂ ਸਭ ਕੁਛ ਹੈ ਪਰ ਇੱਕ ਗੱਲ ਇਹ ਮਨ 'ਚ ਅਹਿਸਾਸ ਕਰਾਤਾ ਸ਼ਬਦ ਨੇ ਕਿ ਸ਼ਬਦ ਤੋਂ ਬਿਨਾਂ ਨਾ ਗੱਤ ਹੈ ਨਾ ਪੱਤ ਹੈ ਤੇ ਨਾ ਰਤ ਪੱਤ ਪੱਤ ਹੈ। ਰਤ ਤੇ ਪੱਤ ਤੇ ਪੱਤ ਇੱਕ ਪਤੀ ਇਸ ਵਾਹਿਗੁਰੂ ਜੀ ਦੇ ਵਿੱਚ ਰੱਤੀ ਨਹੀਂ ਜਾਣੀ ਪੱਤ ਜੇ ਸ਼ਬਦ ਤੋਂ ਬਿਨਾਂ। ਸਾਹਿਬ ਜੀ ਕਹਿੰਦੇ ਸੇਵਾ ਏਕ ਨਾ ਜਾਣਸ ਅਵਰੇ ਹੁਣ ਮੈਂ ਸ਼ਬਦ ਦੇ ਧਿਆਉਣ ਤੋਂ ਬਿਨਾਂ ਹੋਰ ਕਿਸੇ ਪਾਸੇ ਸਿਰ ਨਹੀਂ ਝੁਕਾਉਂਦਾ ਫਿਰਦਾ ਨਾ ਮੈਂ ਤਵੀਤਾਂ ਵੱਲ ਭੱਜਦਾ ਨਾ ਮੈਂ ਮੋਲੀਆਂ ਵੱਲ ਕਿਉਂਕਿ ਮੈਨੂੰ ਗੁਰੂ ਨੇ ਸ਼ਬਦ ਦੇ ਦਿੱਤਾ। ਸ਼ਬਦ ਹੀ ਮੇਰੇ ਲਈ ਔਖਦ ਹੈ ਸ਼ਬਦ ਹੀ ਮੇਰਾ ਇਲਾਜ ਹੈ ਸ਼ਬਦ ਹੀ ਨਾਮ ਹੈ। ਸੇਵਾ ਏਕ ਨਾ ਜਾਣਸ ਅਵਰੇ ਪਰਪੰਚ ਵਿਆਦ ਤਿਆਗੈ ਕਵਰੇ। ਕਵਰੇ ਕਹਿੰਦੇ ਕੌੜੇ ਆਹ ਜਿਹੜੇ ਦੁਨੀਆਂ ਦੇ ਪਰਪੰਚ ਉੱਤੇ ਸ਼ਬਦ 'ਚ ਵਿਚਾਰ ਕੇ ਆਇਆ ਸੀ ਕਹਿੰਦੇ ਇਹ ਸਾਰੇ ਪੰਚ ਵਿਆਦ ਇਹ ਝੂਠੇ ਹੋ ਗਏ ਇਹ ਇਹ ਵਿਸਰਨ ਲੱਗ ਗਏ ਇਹਨਾਂ ਨੂੰ ਕੌੜੇ ਕਰਕੇ ਤਿਆਗਤਾ ਭਾਏ ਮਿਲੈ ਸੱਚ ਸੂਚੈ ਸੱਚ ਸੱਚ ਹੈ ਸੱਚ ਰੇ। ਭਾਏ ਮਿਲੈ ਭਾਏ ਕਹਿੰਦੇ ਪਿਆਰ ਵਾਹਿਗੁਰੂ ਜੀ ਦੀ ਮੁਹੱਬਤ ਜਦ ਹਿਰਦੇ 'ਚ ਪਿਆਰ ਪੈਦਾ ਹੋਇਆ ਵਾਹਿਗੁਰੂ ਜੀ ਮਿਲ ਪਏ। ਸੱਚ ਸੱਚ ਹੈ ਉਹ ਸੱਚ ਸੱਚਾ ਹੈ ਉਹਦੇ ਮਿਲਣ ਨਾਲ ਇਹ ਸਿੱਖ ਵੀ ਇਹ ਜਿਗਿਆਸੂ ਵੀ ਸੱਚ ਰੇ ਸੱਚ ਹੋ ਗਿਆ ਜੀ। ਐਸਾ ਰਾਮ ਭਗਤ ਜਨ ਹੋਈ ਹਰ ਗੁਣ ਗਾਏ ਮਿਲੇ ਮਲ ਧੋਈ ਰਹਾਉ। ਰਹਾਉ ਦੀ ਤੁਕਾਂ 'ਚ ਕਹਿੰਦੇ ਪ੍ਰਭੂ ਦਾ ਭਗਤ ਤੇ ਉਹ ਹੈ ਜਿਹੜਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਪ੍ਰਭੂ ਦੀ ਭਗਤੀ ਦੇ ਵਿੱਚ ਆਪਣਾ ਆਪ ਕੁਰਬਾਨ ਕਰਦੇ। ਐਸਾ ਰਾਮ ਭਗਤ ਜਨ ਹੋਈ ਹਰ ਗੁਣ ਗਾਏ ਮਿਲੈ ਮਲ ਧੋਈ ਹੋਮੈ ਦੀ ਮਲ ਤਿਆਗ ਦੇ ਹੋਰ ਅਬੇ ਤਬੇ ਦੀ ਮਲ ਤਿਆਗ ਕੇ ਪ੍ਰਭੂ ਦੇ ਚਰਨਾਂ 'ਚ ਆਪਣਾ ਮਨ ਸਮਰਪਿਤ ਕਰੇ ਜੀ। ਦੋ ਕਵਲ ਸਗਲ ਸੰਸਾਰ ਦੁਰਮਤ ਅਗਨ ਜਗਤ ਪਰ ਜਾਰ ਸੋ ਉਭਰ ਗੁਰ ਸ਼ਬਦ ਵਿਚਾਰ। ਪਰ ਗੁਰੂ ਸਾਹਿਬ ਕਹਿੰਦੇ ਦੇਰ ਇਸ ਨੋ ਲੁਕਿੰਗ ਬੈਕ ਵੈਨ ਵੀ ਪੇਵਸ ਦ ਵੇ ਟੂਵਰਡਸ ਦ ਸਪਿਰਿਚੁਐਲਿਟੀ ਜਦ ਆਪਾਂ ਤੁਰ ਪੈਂਦੇ ਹਾਂ ਅਧਿਆਤਮਕ ਦੇ ਰਸਤੇ ਤੇ ਗੁਰੂ ਸਾਹਿਬ ਕਹਿੰਦੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਣਾ ਕਿਉਂਕਿ ਉਦੋਂ ਕਮਲ ਸਗਲ ਸੰਸਾਰ ਹੈ ਸਾਰੇ ਸੰਸਾਰ ਦਾ ਜਿਹੜਾ ਮਨ ਦਾ ਕਮਲ ਹੈ ਨਾ ਉਹ ਪੁੱਠਾ ਹੀ ਹੋਇਆ ਹੋਇਆ ਹਿਰਦੇ ਰੂਪੀ ਭਾਂਡਾ ਪੁੱਠਾ ਹੈ ਉਹਦੇ ਵਿੱਚ ਅੰਮ੍ਰਿਤ ਕਿੱਥੋਂ ਡਿੱਗੇਗਾ ਭਾਂਡਾ ਪੁੱਠਾ ਹੈ ਬਾਹਰੋਂ ਕੁਝ ਵੀ ਪਾਈਏ ਉਹ ਤੇ ਬਾਹਰ ਹੀ ਖਿਲਰ ਜਾਏਗਾ। ਕਹਿੰਦੇ ਇਸ ਤਰ੍ਹਾਂ ਇਸ ਸੰਸਾਰ ਤੋਂ ਆਪਣੇ ਆਪ ਨੂੰ ਨਿਰਲੇਪ ਕਰੀਏ ਜਿਹੜੇ ਲੋਕੀ ਕਲੇਸ਼ ਕਰਦੇ ਹੈ ਮਾੜਾ ਬੋਲਦੇ ਹੈ ਉਹਨਾਂ ਦਾ ਕਮਲ ਹੀ ਪੁੱਠਾ ਹੈ ਭਾਈ ਉਹਨਾਂ ਨੂੰ ਕਿਵੇਂ ਸਮਝਾਵਾਂਗੇ ਉਹ ਤੇ ਗੁਰੂ ਅੱਗੇ ਅਰਦਾਸ ਹੀ ਕੀਤੀ ਜਾ ਸਕਦੀ ਹੈ। ਉਦੋਂ ਕਮਲ ਸਗਲ ਸੰਸਾਰ ਹੈ ਦੁਰਮਤ ਅਗਨ ਜਗਤ ਪਰ ਜਾ ਰਿਹਾ ਦੁਰਮਤ ਦੀ ਮਾੜੀ ਮਤ ਦੀ ਅਗਨ ਦੇ ਵਿੱਚ ਸਾਰਾ ਜਗਤ ਸੜਦਾ ਪਿਆ ਹੈ ਸੋ ਉਭਰੈ ਗੁਰ ਸ਼ਬਦ ਵਿਚਾਰ ਹੈ ਜਿਹਦੇ ਕੋਲ ਸ਼ਬਦ ਦੀ ਵਿਚਾਰ ਆ ਗਈ ਉਹ ਉਭਰ ਜਾਂਦਾ ਹੈ ਜੀ। ਪ੍ਰਿੰਗ ਪਤੰਗ ਕੁੰਚਰ ਅਰਨੀਨਾ ਮਿਰਗ ਮਰੈ ਸਹਿ ਆਪਣਾ ਕੀਨਾ ਕ੍ਰਿਸ਼ਨਾ ਰਾਚ ਤਤ ਨਹੀਂ ਬਿਨਾ। ਦੀਸ ਆਲ ਆਰ ਦ ਫਾਈਵ ਸੈਂਸਿਸ ਆਫ ਦ ਬਾਡੀ। ਪ੍ਰਿੰਗ ਪ੍ਰਿੰਗੀ ਜਿਹੜਾ ਹੁੰਦਾ ਉਹਨੂੰ ਖੁਸ਼ਬੂ ਮਾਰ ਦਿੰਦੀ ਹੈ। ਕਹਿੰਦੇ ਪਤੰਗ ਪਤੰਗ ਨੂੰ ਸਪਰਸ਼ ਅੱਗ ਅੱਗ ਦੇ ਜਾ ਕੇ ਸੜ ਜਾਂਦਾ ਹੈ ਉਹਦੀ ਸਪਰਸ਼ ਦੇ ਕਰਕੇ ਮੌਤ ਹੋ ਜਾਂਦੀ ਹੈ। ਕੁੰਚਰ ਹਾਥੀ ਕਾਮ ਕਰਕੇ ਫਸਿਆ ਮਰਿਆ ਜਾਂਦਾ ਹੈ। ਅਰਮੀਨਾ
मीन मच्छी जीव दे स्वाद करके मांस दे टुकड़े करके फड़ी जाती है। मिर्ग मिर्ग कहिंदे हिरन कन्ना दे कंडे हेड़े दी आवाज सुन के काबू हो जांदा है। भाई ए ते एक एक अवगुण करके मरदे ने, ए सारे दे सारे बंदे दे विच पए होए ने, साडे च सारे ने, असी किवें बच जावांगे जद ए एक तो ही मर जांदे है। प्रिंग पतंग कुंचर अर मीना, मृग मरै ए सारे मर रहे ने, शह अपना कीना अपने ही अपने विकारां करके मौत वल ने। तृष्णा राच तत नहीं बिना, असी ते तृष्णा च फसे होया, इस तत नूं किवें पछावांगे जी। कान चितै का मन हितकारी, क्रोध विनाशै सगल विकारी, पत मत खोवै नाम विसारी। नानक साहब जी कहंदे जिहदे मन दे उत्ते काम हावी है, ओह जिथे भी बैठे कामन हितकारी, काम ही उहदे ते हावी रहेगा, भोग बिलास दीआं ही मन च गल्लां चलणगीआं। क्रोध विनाशै सगल विकारी, कहिंदे जिहदे अंदर क्रोध पैदा हो जाए, सगल तो भाव है उहदी सारी साधना जप ते तप, कहिंदे इक क्रोध पैदा हुंदा है सगल विकारी, इह ऐसा विकार है कहिंदे सारा कुछ साड़ के रख दिंदा अंदर। पत मत खोवै है नाम विसारी, जिहदे अंदर नाम नहीं है उहदी पत भी गई उहदी मत भी गई, ਉਹਨੂੰ ਕੌਣ ਬਚਾਏਗਾ ਜੀ। ਪਰ ਕਰ ਚੀਤ ਮਨ ਮੁਖ ਡੋਲਾਏ, ਗੱਲ ਜੇਵਰੀ ਤੰਦੇ ਲਪਟਾਏ, ਗੁਰਮੁਖ ਛੋਟਸ ਹਰ ਗੁਣ ਗਾਏ। ਮਨ ਦੇ ਪਿੱਛੇ ਤੁਰਨ ਵਾਲਿਆਂ ਦਾ ਸੁਭਾਅ ਹੈ ਦੂਸਰਿਆਂ ਦੇ ਘਰਾਂ ਦੇ ਵਿੱਚ ਜਾ ਕੇ ਡੋਲਣਾ, ਦੂਸਰਿਆਂ ਦੇ ਘਰਾਂ ਦੇ ਵਿੱਚ ਝਾਕਣਾ, ਪਰ ਨਾਰੀ ਵੱਲ ਗੱਲ ਜੇਵਰੀ ਤੰਦੇ ਲਪਟਾਏ, ਗੱਲ ਦੇ ਵਿੱਚ ਕਾਮ ਤੇ ਕ੍ਰੋਧ ਦੀ ਜੇਵਰੀ ਜੰਜੀਰ ਪਾਈ ਹੈ ਤੇ ਇਹੋ ਜਿਹੇ ਮਾੜੇ ਧੰਦਿਆਂ ਦੇ ਵਿੱਚ ਲਿਪਟਿਆ ਮਨ। ਪਰ ਗੁਰੂ ਸਾਹਿਬ ਕਹਿੰਦੇ ਜਿਹਦੇ ਕੋਲ ਨਾਮ ਹੈ ਗੁਰੂ ਦੇ ਸਨਮੁਖ ਬੈਠਣ ਵਾਲੇ, ਗੁਰਮੁਖ ਛੋਟਸ ਹਰ ਗੁਣ ਗਾਏ, ਉਹ ਹਰੀ ਦੇ ਗੁਣ ਗਾਉਣ ਦਾ ਉਹਨਾਂ ਦੇ ਅੰਦਰ ਇੱਕ ਤਲਬ ਇੱਕ ਪਿਆਰ ਹੈ ਜੀ। ਜਿਉਂ ਤਨ ਵਿਧਵਾ ਪਰ ਕਉ ਦੇਈ, ਕਾਮ ਦਾਮ ਚਿਤ ਪਰ ਵਸ ਸੇਈ, ਬਿਨ ਪਿਰ ਤ੍ਰਿਪਤ ਨਾ ਕਬੂਲ ਹੋਈ। ਪ੍ਰਸ਼ਨ ਹੋਇਆ ਗੁਰੂ ਨਾਨਕ ਸਾਹਿਬ ਜੀ ਨੂੰ, ਫਿਰ ਨਾਮ ਜਪਣਾ ਖਸਮ ਨੂੰ ਧਿਆਉਣਾ ਜ਼ਰੂਰੀ ਹੈ, ਕਿਉਂ ਜ਼ਰੂਰੀ ਹੈ? ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਖਸਮ ਵਾਹਿਗੁਰੂ ਤੋਂ ਬਿਨਾਂ ਪਤ ਨਹੀਂ ਹੈ ਕਿੱਥੇ ਵੀ। ਇੱਥੇ ਵਿਧਵਾ ਤੋਂ ਭਾਵ ਹੈ ਦੁਰਾਚਾਰ ਔਰਤ, ਜੋ ਤਨ ਵਿਧਵਾ ਪਰ ਕਉ ਦੇਈ, ਦੁਰਾਚਾਰ ਔਰਤ ਪਰਾਏ ਮਰਦ ਨੂੰ ਆਪਣਾ ਤਨ ਦਿੰਦੀ ਹੈ। ਕਾਮ ਦਾਮ ਚਿਤ ਪਰ ਵਸ ਸਹੀ, ਕਾਮ ਕਰਕੇ ਤੇ ਦਾਮ ਧਨ ਕਰਕੇ ਉਹ ਆਪਣੇ ਮਨ ਨੂੰ ਵੀ ਉੱਥੇ ਵੇਚ ਆਉਂਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਆ ਬਿਨ ਪਿਰ ਤ੍ਰਿਪਤ ਨਾ ਕਬੂ ਹੋਈ, ਪ੍ਰਭੂ ਤੋਂ ਬਿਨਾਂ ਉਹਦਾ ਉਹਦੇ ਪਤੀ ਤੋਂ ਬਿਨਾਂ ਔਰਤ ਦੇ ਪਤੀ ਤੋਂ ਬਿਨਾਂ ਕਿੱਥੇ ਵੀ ਪਤ ਨਹੀਂ ਰਹਿਣੀ, ਭਾਵੇਂ ਉਹ ਸੌ ਖਸਮ ਕਰ ਲਏ। ਗੁਰੂ ਸਾਹਿਬ ਕਹਿੰਦੇ ਇਸੀ ਤਰ੍ਹਾਂ ਭਾਵੇਂ ਅਸੀਂ ਕਿਸੇ ਪਾਸੇ ਮਰਜ਼ੀ ਤੁਰੀ ਜਾਈਏ, ਜਿੱਥੇ ਮਰਜ਼ੀ ਸਿਰ ਚੁਕਾ ਆਈਏ, ਜਿੰਨੇ ਮਰਜ਼ੀ ਖਸਮ ਬਣਾ ਲਈਏ, ਜੇ ਸਿੱਖ ਹਾਂ ਸ਼ਬਦ ਗੁਰੂ ਦੇ ਲੜ ਨਹੀਂ ਲੱਗੇ। ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਬਿਨ ਪਿਰ ਤ੍ਰਿਪਤ ਨਾ ਕਬੂ ਹੋਈ, ਪ੍ਰਭੂ ਸ਼ਬਦ ਦੇ ਤੋਂ ਬਿਨਾਂ ਸਿੱਖ ਦੀ ਤ੍ਰਿਪਤੀ ਨਹੀਂ ਹੈ ਜੀ। ਪੜ ਪੜ ਪੋਥੀ ਸਿਮਰਤ ਪਾਠ, ਵੇਦ ਪੁਰਾਣ ਪੜੈ ਸੁਣ ਥਾਟ, ਬਿਨ ਰਸ ਰਤ ਮਨ ਬਹੁ ਨਾਟ। ਇਸੀ ਤਰ੍ਹਾਂ ਕੱਲਾ ਪਾਠ ਪੜ ਲੈਣਾ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਪ੍ਰਿਅੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬੰਦੇ, ਉਹਨਾਂ ਨੂੰ ਪੜਨ ਦੀ ਹੀ ਹੋਮੈ ਬੰਨ ਲਈ, ਪਿਆਰੇ ਇਨ ਵਿਦ ਮਿਲਣ ਨਾ ਜਾਏ, ਮੈਂ ਕੀਏ ਕਰਮ ਅਨੇਕਾ। ਬੜੇ ਕੱਚ ਕੁਛ ਕਰਕੇ ਦੇਖ ਲਿਆ, ਕੱਲੀ ਬਾਣੀ ਪੜਨ ਦੇ ਨਾਲ ਰਟਨ ਦੇ ਨਾਲ ਨਹੀਂ ਗੱਤ ਹੋਣੀ ਗੁਰੂ ਪਿਆਰਿਓ, ਹੋ ਸਕਦਾ ਗੁਰੂ ਬਖਸ਼ਿਸ਼ ਕਰ ਦੇਣ ਪੜਨ ਦੇ ਨਾਲ। ਪੜੀਏ ਤਾਂ ਸਹੀ, ਇਹ ਨਹੀਂ ਕਿ ਆਪਾਂ ਬਿਲਕੁਲ ਹੀ ਖੰਡਨ ਕਰ ਦਈਏ ਬਾਣੀ ਨਾ ਪੜਨ ਦਾ, ਇਹ ਨਾ ਸਮਝ ਲਿਓ ਕਿ ਇੱਥੋਂ ਭਾਈ ਸਾਹਿਬ ਜੀ ਨੇ ਕਹਿਤਾ ਕਿ ਨਾ ਪੜੋ ਜੀ, ਜੇ ਨਹੀਂ 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 ਪਿਆਰਿਓ, ਨਕਸ਼ਾ ਹੈ ਇਹ, ਨਿਸ਼ਾਨ ਹੈ, ਨਕਸ਼ਾ ਪਹਿਲਾਂ ਸਮਝਣਾ ਪਏਗਾ ਪੜ ਪੜ ਕੇ ਇਹ ਕਿਹੜੇ ਰਸਤੇ 'ਚ ਜਾ ਰਿਹਾ, ਹੌਲੀ ਹੌਲੀ ਸਮਝ। ਪਰ ਇਕੱਲੇ ਸਾਰੀ ਜ਼ਿੰਦਗੀ ਏ ਬੀ ਸੀ ਡੀ ਨਾ ਪੜਦੇ ਰਹਿ ਜਾਈਏ ਅਸੀਂ। ਗੁਰੂ ਸਾਹਿਬ ਕਹਿੰਦੇ ਪੜ ਪੜ ਪੋਥੀ ਸਿਮ੍ਰਿਤ ਪਾਠਾ, ਵੇਦ ਪੁਰਾਣ ਪੜੈ ਸੁਣ ਥਾਟਾ। ਥਾਟਾ ਕਹਿੰਦੇ ਥਾਟ, ਵੇਦਾਂ ਤੇ ਸ਼ਾਸਤਰਾਂ ਦੇ ਪਾਠ ਨੂੰ ਇੱਕ ਰੀਤ ਦੇ ਵਿੱਚ ਗਾਇਆ ਜਾਂਦਾ ਹੇਖਾਂ ਲਾ ਲਾ ਕੇ, ਕਹਿੰਦੇ ਬੰਦਾ ਸੁਣੀ ਜਾਂਦਾ ਦਿਨ ਰਾਤ ਇਹਨਾਂ ਨੂੰ, ਬਿਨ ਰਸ ਰਾਤੇ ਮਨ ਬਹੁ ਨਾਟਾ। ਜੇ ਨਾਮ ਦਾ ਰਸ ਨਹੀਂ ਆਇਆ ਨਾ, ਸ਼ਬਦ ਦਾ ਰਸ ਨਹੀਂ ਆਇਆ, ਮਨ ਬੜੇ ਨਾਟਕ ਕਰਦਾ, ਫਿਰ ਬੜੇ ਨਾਟਕ ਕਰੇਗਾ, ਬੜੇ ਰੂਪ ਵਟਾਉਂਦਾ, ਦੁਨੀਆਂ ਨੂੰ ਧਰਮੀ ਵੀ ਦਿਖਾਏਗਾ, ਬੜੇ ਨਾਟਕ। ਕਹਿੰਦੇ ਜੇ ਰਸ ਨਹੀਂ ਆਇਆ
जो मर्जी कीता पर अंदर नाटक ही नाटक ने जी जो चात्रिक जल प्रेम प्यासा जो मीना जल महे उलासा नानक हर रस पी त्रिपतासा जो चात्रिक जिमें चात्रिक नू स्वांती बूंदी प्यास हुंदी है इसी तरह सिख नू जिग्यासु नू वाहिगुरु जी दे नाम अमृत दी प्रेम प्यास हुंदी है ज्यो मीना जल माहे उलासा मीन मछली जल दे विच ही उलास करदी है सिख संगत दे अमृत सरोवर दे विच ही उलास करदा है नानक हर रस पी त्रिप्तासा त्रिप्त होर चीजा नहीं कर सकदियां होर चीजा होर 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 त्राहे त्राहे दियां बिरतियां पैदा करनियां गुरु का शब्द उदा शुकराना करन दा उनू मानन दा उनू हंडाउन दा गुरु दा शुकराना करन दा ए बिद ए बख्शिश करनियां जी धन्नवाद आप सारियां दे मान प्यार दा बाबा दीप सिंह जी होरां दा जन्म दिहाड़ा भी है अज भी कई बनाउंदे नानक शाही कल भी है शहीद जी आपां कल दो कड़ी उन्हां बारे विचारा करांगे जी धन्नवाद है जी आप जी दे मान प्यार दा भुलां चुकां दी खिमा फतेह बुलाओ वाहिगुरु जी का खालसा वाहिगुरु जी की फतेह